ਸੱਤੇ ਦਾ ਨੰਬਰ ਸੈਂਡ ਕਰਤਾ ਤੈਨੂੰ, ਘਰ ਦੇਖ ਲਿਆ ਉਹਨੇ ਤੇ ਤੇਰੇ ਕੰਮ ਦੀ ਗੱਲ ਵੀ ਕਰ ਲਈ ਆ ਮੈਂ। ਏਅਰਪੋਰਟ ਤੋਂ ਲੈਣ ਆਜੂਗਾ ਤੁਹਾਨੂੰ ਉਹ। ਓਏ ਉਹ ਤਾਂ ਠੀਕ ਹੈ, ਘੱਟ ਤੋਂ ਘੱਟ ਮੈਨੂੰ ਇਹ ਤਾਂ ਦੱਸ ਦਿੰਦਾ ਵੀ ਕੁੜੀ ਇੰਨੀ ਸੋਹਣੀ ਹੈ, ਮੈਂ ਉਹਦੇ ਨਾਲ ਅਸਲੀ ਵਿਆਹ ਹੀ ਕਰਾ ਲੈਂਦਾ। ਨੋਟ ਤਾਂ ਐਂ ਲੈਂਦਾ ਸੀ ਕੱਲੀ ਕੱਲੀ ਤਾਰ ਚੈੱਕ ਕਰਕੇ ਵੀ ਕਿਤੇ ਨਕਲੀ ਨਾ ਦੇ। ਆਹ ਦੱਸਣ ਵੇਲੇ ਕਿਤੇ ਨੂੰ ਮੌਤ ਪੈ ਗਈ ਸੀ, ਨੋਟਾਂ ਦੇ ਤਾਂ ਥੱਬੇ ਲੈ ਲੈਣੋ, ਕੰਮ ਤਾਂ ਢੰਗ ਦਾ ਕਰਦਿਆ ਕਰੋ। ਓਹੋ ਵੀਰੇ, ਕੁੜੀ ਭੇਜ ਰਿਹਾ ਤੁਹਾਡੇ ਨਾਲ, ਉਹ ਵੀ ਕੱਲੀ, ਇੰਨੀ ਕੁ ਹਿੰਮਤ ਹੁਣ ਬੰਦੇ ਚਾਪ ਚਾਹੀਦੀ ਹੈ ਕਿ ਜਮਾਂ ਹੀ ਸਰਿਆ ਹੋਇਆ। ਇੱਕੋ ਵਾਰ 'ਚ ਤੁਹਾਡੇ ਵਿਆਹ ਦਾ ਅਤੇ ਬਾਹਰ ਜਾਣ ਦਾ ਕੰਡਾ, ਦੋਨੇ ਹੀ ਕੱਢਤੇ, ਹੋਰ ਹੁਣ ਅਸੀਂ ਕੀ ਕਰੀਏ? ਕੁੜੀ ਨੇ ਤਾਂ ਜੂਨ ਸੁਧਾਰਨੀ ਆਪਣੀ, ਹੁਣ ਨਾ ਫਿਕਰ ਕਰੋ। ਚੰਗਾ ਫੁੱਫੜ ਜੀ, ਸਤਿ ਸ੍ਰੀ ਅਕਾਲ। ਠੀਕ ਹੈ, ਆ ਜਾ ਧੀਏ, ਜਿਉਂਦੀ ਰਹਿ, ਜਾ ਕੇ ਫੋਨ ਕਰਦੀ। ਹਾਂਜੀ ਜ਼ਰੂਰ, ਹੈਗਾ ਇਹਦੇ ਪਿਓ ਦਾ ਨੰਬਰ, ਜੇ 3-5 ਕਰੇ ਤਾਂ। ਨਹੀਂ ਨਹੀਂ ਮਾਤਾ ਜੀ, ਤੁਸੀਂ ਫਿਕਰ ਨਾ ਕਰੋ, ਮੈਂ ਤਾਂ ਬਹੁਤ ਬੀਬਾ ਮੁੰਡਾ ਜੀ, ਮੇਰੀ ਤਾਂ ਇੰਨੀ ਸਾਫ ਛਵੀ ਹੈ, ਮੈਨੂੰ ਤਾਂ ਕੇਜਰੀਵਾਲ ਦੜਵੇ ਤੋਂ ਟਿਕਟ ਦੇਣ ਨੂੰ ਫਿਰਦਾ ਸੀਗਾ ਜੀ, ਉਹ ਤਾਂ ਮੈਂ ਹੀ ਨਹੀਂ ਮੰਨਿਆ ਬਸ। ਤੁਰ ਜਾ ਵੱਡਾ ਭਗਵੰਤ ਮਾਨ। ਜਾ ਮੇਰੀ ਧੀ, ਆ ਜਾ ਬੈਠੋ ਬਰਾਜ, ਧਿਆਨ ਨਾਲ। ਆਹ ਦੁਪੱਟਾ ਆ ਗਿਆ ਸੀ ਵਿੱਚ, ਨਾਲੇ ਤਾਂ ਬੁੜੀ ਵੀ ਗੁੱਲੀ ਵਾਂਗੂ ਘੜ ਕੇ ਤਿੱਖੀ ਕਰ ਰਹੀ ਹੈ। ਚੱਲ ਬਈ, ਸਤਿ ਸ਼੍ਰੀ ਅਕਾਲ। ਚੰਗਾ, ਬਾਏ 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 ਬਾਏ। ਆ ਜਾਓ, ਲੰਘਿਓ। ਘਰ ਤਾਂ ਠੀਕ ਹੈ ਨਾ ਬੁੱਗੀ ਆਪਣਾ? ਤੁਹਾਡੇ ਲਈ ਠੀਕ ਆ, ਪਰ ਤੁਸੀਂ ਨਾ ਮੇਰੇ ਲਈ ਪੀਜੀ ਦਾ ਪਤਾ ਕਰ ਦਿਓ। ਉਹ ਪੀਜੀ ਨੂੰ ਆਪਾਂ ਕਿਹੜਾ ਮੋਹਾਲੀ ਦਾਸ ਫੇਸ ਆਏ ਆ ਵੀ ਖੰਬੇ ਤੇ ਲੱਗਿਆ ਪੋਸਟਰ ਪੜ੍ਹ ਕੇ ਦੱਸ ਦੂੰਗਾ ਵੀ ਆ ਘਰ ਠੀਕ ਹੈ, ਨਾਲੇ ਜੇ ਅੱਡ ਰਵਾਂਗੇ ਬੁੱਗੇ ਤਾਂ ਆਪਾਂ ਫੜੇ ਜਾਵਾਂਗੇ, ਪੁਲਿਸ ਨੇ ਮਿੰਟ 'ਚ ਰਿਪੋਰਟ ਕਰ ਦੇਣਾ ਆਪਾਂ ਨੂੰ। ਪਰ ਇਹ ਜਦੋਂ ਕਹਿੰਦੇ ਸੀ, ਅਜੰਟ ਬੜਾ ਕੈਲੀਫੋਰਨੀਆ ਤੋਂ ਆਇਆ, ਸੰਗਰੂਰ ਤਾਂ ਕਦੇ ਟੱਪਿਆ ਨਹੀਂ, ਉਹਨੂੰ ਕੀ ਪਤਾ ਇਹਨਾਂ ਗੱਲਾਂ ਦਾ। ਇੱਥੇ ਤਾਂ ਬਸ ਹੁਣ ਆਪੇ ਆ ਜੀ ਇੱਕ ਦੂਜੇ ਦਾ ਸਹਾਰਾ। ਪਰ ਕਰਦੇ ਵੀ ਕਹਿੰਦੇ ਸੀ ਕਿ ਤੁਸੀਂ ਤਾਂ ਜੀ ਦਲੇਰ ਹੋ, ਮੈਂ ਤਾਂ ਵਿਚਾਰਾ ਕਦੇ ਘਰ ਦਾ ਗੇਟ ਨਹੀਂ ਟੱਪਿਆ ਜੀ ਇਕੱਲਾ, ਤੁਹਾਡੇ ਬਿਨਾਂ ਮੇਰਾ ਜੀ ਨਹੀਂ ਲੱਗਣਾ ਜੀ, ਇਸ ਬਗਾਨੇ ਮੁਲਕ ਦੇ ਵਿੱਚ ਰੁੜ ਜੂਗਾ ਜੀ ਇਕੱਲਾ ਜਵਾਕ, ਬਸ ਤੁਸੀਂ ਅੱਡ ਆਉਣ ਵਾਲੀਆਂ ਗੱਲਾਂ ਜੀ ਨਾ ਕਰਿਆ ਕਰੋ। ਕੰਮ ਵਾਲੇ ਤੁਹਾਡੇ ਫਰੈਂਡ ਬਣ ਜਾਣਗੇ, ਤੁਸੀਂ ਨਾ ਫਿਕਰ ਕਰੋ, ਕੁਛ ਨਹੀਂ ਹੁੰਦਾ ਤੁਹਾਨੂੰ। ਚਲੋ ਛੱਡੋ ਜੀ, ਪਹਿਲਾਂ ਘਰੇ ਗੱਲ ਕਰ ਲਓ, ਆਪਣੇ ਮੰਮੀ ਡੈਡੀ ਫਿਕਰ ਕਰ ਰਹੇ ਹੋਣਗੇ ਆਪਣਾ। ਓਕੇ, ਇੰਨੇ ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਉਣਾ। ਠੀਕ ਆ। ਐਡੀ ਛੇਤੀ ਕਿਹੜੀ ਲੱਭਦਾ ਤੈਨੂੰ ਹਵੇਲੀ, ਲੱਗਦਾ ਹੱਥ ਚੋਂ ਨਿਕਲੂਗੀ ਜਵਾਕੜੀ ਜੀ, ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪੈਣੀ ਆ ਅਮਰੀਕ ਸਿਆਂ, ਐ ਨਹੀਂ ਸਰਨਾ। ਲੱਭਣ ਕੀ ਗੱਲ, ਹਾਂਜੀ ਹਾਂਜੀ ਮੈਂ ਠੀਕ ਠਾਕ ਪਹੁੰਚ ਗਈ ਹਾਂ, ਤੁਸੀਂ ਫਿਕਰ ਨਾ ਕਰਿਓ ਮੇਰੀ। ਓ ਇੱਕ ਮਿੰਟ, ਮੈਂ ਤੁਹਾਨੂੰ ਨਾ ਬਾਅਦ ਵਿੱਚ ਫੋਨ ਕਰਦੀ ਹਾਂ। ਯੈਸ, ਹਾਏ, ਹੈਲੋ, ਪਲੀਸ ਸ਼ੋ ਮੀ ਯਰ ਪੇਪਰਸ। ਪੇਪਰ? ਆਰ ਯੂ ਮੈਰਿਡ? Yes, yes, I'm married. Where's your husband? My husband, husband... Fikar na kar, Buggy. It is my wife. I go for the food. My byauta pashan patra. Aadhaar card also. Namai bada aisi aje. We love ek dujenu bahut sara.
Okay. I'll check for sure. Thank you. ਮਸਾਂ ਅੰਗਰੇਜ਼ੀ ਇਕੱਠੀ ਕਰਕੇ ਭਜਾਇਆ। ਚਲੋ ਤੁਸੀਂ ਅੰਦਰ ਚਲੋ ਚਲੋ। ਕਰਵਾ ਲਿਆ ਸੀ ਨਾ ਮਿੰਟ 'ਚ ਘੋਗਾ ਚਿੱਤ, ਬਾਹਰ ਆਉਣ ਦੇ ਚੱਕਰ ਦੇ ਵਿੱਚ 5-7 ਸਾਲ ਲਈ ਅੰਦਰ ਹੋ ਜਾਣਾ ਸੀ। ਕਿਸੇ ਦੀ ਮਾਂ ਦਾ ਕੀ ਜਾਣਾ ਸੀ, ਫਸਣਾ ਤਾਂ ਆਪਾਂ ਦੋਵਾਂ ਜੀਆਂ ਨੇ ਸੀ ਨਾ। ਮੇਰਾ ਮਤਲਬ ਜੋ ਵੀ ਹੈ, ਹਾਂ ਤਾਂ ਆਪਾਂ ਨਵਾਂ ਵਿਆਹ ਜੋੜਾ ਨਾ, ਬਿਹੇਵ ਤਾਂ ਆਪਾਂ ਨੂੰ ਉਵੇਂ ਕਰਨਾ ਪਊਗਾ। ਮੈਨੂੰ ਕੋਈ ਆਈਡੀਆ ਨਹੀਂ। ਸੋ ਸਿੰਪਲ, ਮੈਂ ਘਰੇ ਬੈਠ ਕੇ ਦਾਰੂ ਪੀਊਂਗਾ, ਤੁਸੀਂ ਲੜਨਾ। ਮੈਂ ਕੰਮ 'ਤੇ ਜਾਊਂਗਾ, ਤੁਸੀਂ ਲੜਨਾ। ਮੈਂ ਕੰਮ ਤੋਂ ਵਾਪਸ ਘਰੇ ਆਊਂਗਾ, ਤਾਂ ਵੀ ਲੜਨਾ। ਚਲੋ, ਬੰਦੇ ਤਾਂ ਕੰਮ ਬਦਲਦੇ ਰਹਿੰਦੇ ਨੇ, ਬੁੱਗੀ ਜਨਾਨੀ ਦਾ ਕੰਮ ਤਾਂ ਇੱਕੋ ਹੁੰਦਾ ਨਾ ਲੜਨਾ। ਤੁਸੀਂ ਨਾ ਮੈਨੂੰ ਬੁੱਗੀ ਨਾ ਕਹੋ ਪਲੀਜ਼। ਠੀਕ ਹੈ ਜਾਨ, ਨਹੀਂ ਕਹਿੰਦਾ। ਮੇਰਾ ਮਤਲਬ, ਮੈਂ ਸਭ ਬਹੁਤ ਔਖਾ ਹੋ ਕੇ ਕਰ ਰਿਹਾ। ਮੇਰਾ ਕਿਹੜਾ ਜੀ ਕਰਦਾ ਮੈਂ ਤੁਹਾਨੂੰ ਬੁੱਗੀ ਕਹਾਂ ਜਾਨ ਕਹਾਂ। ਬਸ ਆਪਾਂ ਨੂੰ ਇਹ ਡਰਾਮਾ ਕਰਨਾ ਪੈਣਾ ਹਸਬੈਂਡ ਵਾਈਫ ਵਾਲਾ। ਚਲੋ ਇਹ ਗੱਲਾਂ ਛੱਡੋ, ਮੈਨੂੰ ਤਾਂ ਕੰਮ ਮਿਲ ਗਿਆ। ਮੈਂ ਤੁਹਾਡੇ ਵਾਸਤੇ ਵੀ ਕੋਈ ਵਧੀਆ ਜਿਹਾ ਸੌਖਾ ਜਿਹਾ ਕੰਮ ਲੱਭੂੰਗਾ, ਅਤੇ ਕੱਲ੍ਹ ਨੂੰ ਆਪਾਂ ਘਰ ਦਾ ਸਮਾਨ ਲੈ ਆਈਏ, ਠੀਕ ਹੈ ਨਾ। ਦੇਖ ਲੈ, ਵੈਸੇ ਪੈਸੇ ਦਾ ਵੀ ਅੱਜ ਕੱਲ੍ਹ ਕੁਛ ਨਹੀਂ ਬਣਦਾ। ਆਹ ਥੋੜ੍ਹੇ ਜਿਹੇ ਸਮਾਨ 'ਤੇ ਕਿੰਨੇ ਡਾਲਰ ਖਰਚ ਹੋ ਗਏ? ਮੈਨੂੰ ਮੇਰੇ ਹਿੱਸੇ ਦੇ ਪੈਸੇ ਦੱਸ ਦਿਓ। ਕਮਲੀ ਹੋਈ ਹੈ, ਤੇਰਾ ਮੇਰਾ ਕੁਛ ਵੰਡਿਆ ਹੋਇਆ ਹੁਣ? ਨਾ ਨਾ ਬੁੱਗੀ, ਇੱਦਾਂ ਦੀ ਗੱਲ ਨਾ ਕਰੀ ਮੇਰੇ ਸਾਹਮਣੇ। ਬਸ ਤੂੰ ਆ ਭਾਈ ਨੂੰ ਕਹਿ ਬਿੱਲ ਦੇ ਜੂਗਾ। ਭਾਈ ਨੂੰ ਮੈਂ ਇੱਥੇ ਕੁਲਫੀਆਂ ਵੇਚਦਾ, ਮਾਲਕ ਹੈ ਇਸ ਰੈਸਟੋਰੈਂਟ ਦਾ। ਸਵੀਟੀ, ਯੈਸ ਸਰ, ਬਿੱਲ ਪਲੀਜ਼। ਸ਼ੋਰ ਸਰ। ਸੁਣੇ ਭਾਈ ਨੇ, ਸਰ ਸੌਰੀ, ਐਕਸਕਿਊਜ਼ ਮੀ ਸਰ। ਹਾਂਜੀ ਸਰ, ਮੇਰੀ ਵਾਈਫ ਨੂੰ ਕੰਮ ਚਾਹੀਦਾ ਸੀਗਾ ਜੀ, ਅਗਰ ਤੁਹਾਡੇ ਰੈਸਟੋਰੈਂਟ ਤੇ ਹੋਵੇ ਤਾਂ ਜੀ। ਸਤਿ ਸ਼੍ਰੀ ਅਕਾਲ। ਕੁੜੀ ਨੇ ਆਈਲੈਟਸ ਕੀਤੀ ਹੈ ਤੇ ਤੇਰੇ ਪਿਓ ਨੇ ਪੈਸੇ ਲਾਏ? ਹਾਂਜੀ ਸਰ, ਤੁਹਾਨੂੰ ਕਿਹਨੇ ਦੱਸਿਆ ਜੀ? ਤੇਰੀ ਸ਼ਕਲ ਨੇ ਦੱਸਿਆ। ਨਹੀਂ ਸਰ, ਐਸੀ ਕੋਈ ਗੱਲ ਨਹੀਂ ਜੀ, ਸਾਡਾ ਅਸਲੀ ਵਿਆਹ ਹੋ ਜੀ ਬਾਜੇ ਗਾਜੇ ਨਾਲ। ਉਹ ਆ ਜਾ ਹੁਣ, ਕੇ ਨਾ ਮਾਵਾਂ ਦੇ ਸਰਾਣੇ ਖੜਾ ਰਹੇਗਾ। ਅਸਲੀ ਇਹੀ ਚੀਆਂ ਹੁੰਦੀਆਂ। ਆਇਆ ਜੀ ਆਇਆ। ਕੋਈ ਗੱਲ ਨਹੀਂ ਬੇਟਾ, ਸਾਨੂੰ ਥੋੜੇ ਜਿਹੇ ਹੋਰ ਸਟਾਫ ਦੀ ਲੋੜ ਹੈ, ਤੁਸੀਂ ਕੱਲ ਤੋਂ ਆ ਜਾਓ ਕੰਮ ਤੇ। ਓਕੇ ਓਕੇ, ਥੈਂਕ ਯੂ ਸਰ। ਥੈਂਕ ਯੂ ਸਰ। ਹੁਣ ਆਇਆ ਲੈਣ ਤੇ। ਦੇਖਿਆ ਆਪਾਂ ਇੱਕ ਦੂਜੇ ਲਈ ਕਿੰਨੇ ਲੱਕੀ ਆ, ਪਹਿਲੇ ਦਿਨ ਹੀ ਕੰਮ ਮਿਲ ਗਿਆ। ਰੱਬ ਨੇ ਕੁਛ ਦੇਖ ਕੇ ਬਣਾਈ ਆਪਣੀ ਜੋੜੀ, ਹੈ ਨਾ। ਚਲੋ ਵਧੀਆ ਹੋ ਗਿਆ। ਪਿਛਲੇ ਪਹਿਰ ਨੂੰ ਲੈ ਆ ਗਿਆ ਤੇਰਾ ਨਕਲੀ ਪ੍ਰਾਹੁਣਾ, ਤੰਗ ਤਾਂ ਨਹੀਂ ਕਰਦਾ ਇਹ? ਨਹੀਂ, ਮੈਨੂੰ ਦੱਸ ਦੇਈਂ ਦੋਸਤਾਂ ਹੁਣ ਆਪਾਂ। ਓ ਮੈਂ ਉਹਦਾ ਫੋਨ ਭੁੱਲ ਆਈ, ਇੱਕ ਮਿੰਟ। ਪਹਿਰ ਨੂੰ ਤਾਰ। ਓਕੇ ਵੇ ਛਟੂ, ਕੀ ਓਏ ਕੁੱਟ ਨਾ ਖਾ ਲਈ ਤੂੰ ਮੈਥੋਂ, ਕੀ ਛੋਟੂ ਛੋਟੂ ਲਾਈ ਸੀ? ਆਪ ਨਾਲੇ ਬਹੁਤ 6 ਫੁੱਟ ਹੈ ਤੂੰ, ਕੱਦ ਨਾਲੋਂ ਵੱਡਾ ਟੇਡਾ ਤੇਰਾ। ਉਹ ਛੋਟੇ ਵੀਰ, ਤੂੰ ਤਾਂ ਗੁੱਸਾ ਹੀ ਕਰ ਗਿਆ, ਛੋਟੇ ਦਾ ਮਤਲਬ ਯੰਗ ਮੈਨ। ਨਾਲੇ ਮੈਨੂੰ ਸਭ ਦੱਸਤਾ ਸਰਗੀ ਨੇ ਵੀ ਵਿਆਹ ਨਕਲੀ ਆ ਤੁਹਾਡਾ, ਸੋ ਹੁਣ ਭਾਬੀ ਦਾ ਖਿਆਲ ਤੂੰ ਰੱਖਿਆ ਕਰ, ਅਸਲੀ ਮੈਂ ਕਰਾਉਣਾ। ਮੈਂ ਵੀ ਕਹਾਂ ਸਾਲਾ ਕੌਂ ਜਾ, ਕਿੱਧਰ ਜਲੇਬੀ ਚੱਕੀ ਫਿਰਦਾ। ਚਲੀਏ, ਕੱਲ ਮਿਲਦੇ ਹਾਂ। ਹਾਂ ਕੱਲ ਮਿਲਦੇ। ਤਾਂ ਸਹੀ ਆਪ ਕਿਵੇਂ ਗੱਪੜ ਗੱਪੜ ਖਾ ਰਹੀ ਹੈ ਕੱਲੀਏ, ਜਿਵੇਂ ਮੈਨੂੰ ਭੁੱਖ ਹੀ ਨਹੀਂ ਲੱਗੀ ਹੁੰਦੀ। ਇਹਨੂੰ ਪੁੱਛਣ ਵਾਲਾ ਹੋਵੇ ਵੀ ਤੇਰੇ ਨਾਲੋਂ ਵੱਡਾ ਢਿੱਡ ਲੱਗਿਆ ਮੇਰੇ।
ਤੁਸੀਂ ਪੱਕਾ ਨਹੀਂ ਰੋਟੀ ਖਾਣੀ? ਨਹੀਂ, ਮੈਨੂੰ ਭੁੱਖ ਨਹੀਂ। ਦੇਖੋ ਧਿਆਨ ਨਾਲ, ਪੈਰ ਤੇ ਨਾ ਮਰਵਾ ਲਿਓ। ਕੀ ਗੱਲਾਂ, ਟੀਵੀ ਨਹੀਂ ਚੱਲਦਾ? ਟੀਵੀ ਨੂੰ ਬੜਾ ਬਿਗ ਬੌਸ ਆਉਂਦਾ ਨਾ ਇੱਥੇ, ਬੰਦਾ ਦੇਖ ਹੀ ਲੈਂਦਾ ਵੀ ਗੁੱਸੇ ਹੈ। ਤੁਹਾਨੂੰ ਅਜੇ ਵੀ ਨਹੀਂ ਪਤਾ ਲੱਗਿਆ ਵੀ ਮੈਂ ਤੁਹਾਡੇ ਨਾਲ ਗੁੱਸੇ ਹਾਂ? ਕਿਉਂ, ਮੈਂ ਕੀ ਕੀਤਾ? ਨਾ ਘਰ ਦੀਆਂ ਗੱਲਾਂ ਲੋਕਾਂ ਨੂੰ ਦੱਸੀ ਦੀਆਂ ਨੇ ਬਾਹਰ ਜਾ ਕੇ? ਪੰਜਾਬੀ ਤਾਂ ਪਹਿਲੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ 'ਤੇ ਲੱਗੇ ਹੋਏ ਨੇ, ਤੁਸੀਂ ਘਰ ਦਾ ਭੇਜਦੇ ਜਾਂਦੇ ਸਭ ਨੂੰ, ਨਾਲੇ ਉਹ ਸਿੰਗਲ ਜਿਹੇ ਜਵਾਕ ਨੂੰ ਦੱਸਣ ਦੀ ਕੀ ਲੋੜ ਸੀ ਵੀ ਸਾਡਾ ਨਕਲੀ ਵਿਆਹ ਹੋਇਆ ਹੋਇਆ? ਪਤੀ ਪਤਨੀ 'ਚ 100 ਗੱਲਾਂ ਹੁੰਦੀਆਂ ਨੇ। ਉਹ ਇਹੋ ਜਿਹਾ ਨਹੀਂ ਆ। ਨਾ ਹੋਰ ਤੋਤੇ ਰੰਗਾ ਉਹ ਫਰੈਂਡ ਆ ਮੇਰਾ। ਐਡੀ ਛੇਤੀ ਫਰੈਂਡ ਵੀ ਬਣਾ ਲਿਆ, ਇੱਥੇ ਫਰੈਂਡ ਬਣਾਉਣ ਆਏ ਹੋ? ਉਹ ਭੁੱਲ ਗਏ ਸਾਰਾ ਕੁਛ, ਬੁੱਢੀ ਦਾਦੀ, ਚੁੱਪ ਕੀਤੀ ਜੀਮਾ, ਬਾਬਲ ਦੀ ਪੱਗ, ਕਿੰਨੀਆਂ ਜ਼ਿੰਮੇਵਾਰੀਆਂ ਨੇ ਨਿੱਕੇ ਜਿਹੇ ਮੋਢਿਆਂ ਦੇ ਤੁਹਾਡੇ। ਓਹੋ, ਕੁਛ ਨਹੀਂ ਹੁੰਦਾ, ਮੈਂ ਕਰ ਲੂੰਗੀ ਗੱਲ ਉਹਦੇ ਨਾਲ, ਇੰਨਾ ਨਾ ਘਬਰਾਓ। ਤਾਂ ਹੀ ਤੁਸੀਂ ਰੋਟੀ ਨਹੀਂ ਖਾਧੀ ਸੀ? ਹੋ, ਮੈਂ ਤੁਹਾਡੇ ਲਈ ਰੋਟੀ ਲਾਉਣੀ ਆ, ਚੁੱਪ ਚਾਪ ਬੰਦੇ ਬਣ ਕੇ ਰੋਟੀ ਖਾਓ। ਹਾਏ ਓਏ, ਫਿਕਰ ਤਾਂ ਕਰਦੀ ਹੈ ਮੇਰਾ, ਲੱਗਦਾ ਹੈ ਜੂ ਵੀ ਸੂਤ। ਵੈਸੇ ਵੀ ਇੰਨੀ ਸੋਹਣੀ ਜਨਾਨੀ ਨਾਲ ਇੰਨੀ ਦੇਰ ਗੁੱਸੇ ਨਹੀਂ ਰਿਹਾ ਜਾ ਸਕਦਾ। ਹਾਏ ਰੱਬਾ, ਕਿਹੜਾ ਉਹ ਮਾੜਾ ਵਕਤ ਸੀ ਜਿਹੜੇ ਵਕਤ ਮੈਂ ਇਹਨੂੰ ਰੈਸਟੋਰੈਂਟ 'ਤੇ ਲਵਾ ਬੈਠਾ। ਮੈਂ ਤਾਂ ਆਪਣੇ ਹੱਥੀਂ ਆਪ ਹੀ ਕੰਡੇ ਬੀਜ ਲਏ। ਹਾਏ ਰੱਬਾ, ਮੈਥੋਂ ਕਿਉਂ ਨਹੀਂ ਦੇਖਿਆ ਜਾ ਰਿਹਾ ਕੁਛ? ਦੇਖਦਾ, ਮੈਨੂੰ ਤਾਂ ਹਾਰਟ ਅਟੈਕ ਆਉਣ ਵਾਲਾ ਹੋ ਗਿਆ ਜਦੋਂ ਤੈਨੂੰ ਧੁੱਪ 'ਚ ਆਉਂਦੇ ਨੂੰ ਦੇਖਿਆ। ਮੈਂ ਤਾਂ ਤੈਨੂੰ ਏਸੀ ਸ਼ੌਪ 'ਤੇ ਬੁਲਾਇਆ ਸੀਗਾ, ਉਹ ਤੈਨੂੰ ਧੁੱਪ 'ਚ ਲਈ ਫਿਰਦੇ ਨੇ। ਨਹੀਂ, ਮੈਂ ਠੀਕ ਹਾਂ। ਨਹੀਂ ਨਹੀਂ, ਮੈਂ ਨਹੀਂ, ਮੈਂ ਤਾਂ ਤੈਨੂੰ ਬੇਬੀ ਸਿਟਿੰਗ ਵਾਲੇ ਕੰਮ 'ਤੇ ਲਵਾਉਣਾ, ਜਾਂ ਉਹ ਬਜ਼ੁਰਗਾਂ ਦੀ ਸੇਵਾ ਸੰਭਾਲ ਵਾਲੇ, ਨਾਲੇ ਉਹਨਾਂ ਦੀਆਂ ਦੁਆਵਾਂ ਲੱਗਣਗੀਆਂ ਤਾਂ ਆਪਾਂ ਜਲਦੀ ਪੱਕੇ ਹੋਵਾਂਗੇ। ਪਰ ਮੈਂ ਇੱਥੇ ਖੁਸ਼ ਹਾਂ, ਆਂਟੀ ਅੰਕਲ ਉਹ ਵੀ ਤਾਂ ਬਜ਼ੁਰਗ ਆ, ਅਤੇ ਕੈਮ ਉਹੀ ਵੱਡਾ ਲੱਗਦਾ, ਬਿਲਕੁਲ ਬੱਚਾ, ਤੁਹਾਨੂੰ ਨਹੀਂ ਪਤਾ। ਤੈਨੂੰ ਕੀ ਪਤਾ ਕਮਲੀਏ, ਉਹ ਬੱਚਾ ਨਹੀਂ, ਉਹ ਤਾਂ ਪੂਰਾ ਬੰਦਾ ਹੈ ਬੰਦਾ। ਇਹ ਸੱਚੇ ਪਾਤਸ਼ਾਹ, ਹੁਣ ਤਾਂ ਤੂੰ ਹੀ ਬਚਾ ਸਕਦਾ ਥੱਲੇ ਆ ਕੇ ਮੈਨੂੰ। ਆ ਜਾ ਬਾਹਰ। ਕਿਉਂ, ਹੈ ਨਾ ਨਜ਼ਾਰੇ? ਹਾਂ ਬਾਈ, ਪਾਣੀ ਤਾਂ ਬਹੁਤ ਸੋਹਣਾ। ਪਾਣੀ ਦਾ ਤੈਨੂੰ ਹੋਰ ਵੀ ਵਧੀਆ ਦਿਖਾ ਦਿੰਦੇ ਹਾਂ, ਆਹ ਚੱਕ ਕੇ ਨਾ ਬਾਈ। ਦੇਣੇ? ਕਿਉਂ, ਦਿਨੇ ਚੜ੍ਹਦੀ ਨਹੀਂ? ਮੈਨੂੰ ਤਾਂ ਜਦੋਂ ਪਤਾ ਲੱਗਿਆ ਵੀ ਇੰਡੀਆ ਤੋਂ ਕੋਈ ਭਰਾ ਆ ਰਿਹਾ ਆਪਣਾ, ਮੈਥੋਂ ਤਾਂ ਚਾਹ ਨਹੀਂ ਸਾਂਭਿਆ ਜਾਂਦਾ ਸੀ। ਟੋਨੀ ਨਹੀਂ ਭੇਜਿਆ ਸੀ ਮੈਨੂੰ ਵੀ, ਉਹਦਾ ਹੀ ਫੋਨ ਆਇਆ ਸੀ, ਕਹਿੰਦਾ ਖਿਆਲ ਰੱਖੀ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਟੋਨੀ ਭਰਾ ਹੈ ਆਪਣਾ, ਜਮੇ ਭਰਾਵਾਂ ਤੋਂ ਵੀ ਵੱਧ ਹੀ ਸਮਝੋ, ਚੱਕ ਕੇ ਨਾ ਆਹ। ਨਹੀਂ ਬਾਈ, ਮੈਂ ਦੇਣੇ ਨਹੀਂ ਲਾਉਂਦਾ ਜੀ। ਲਾਉਣ ਨੂੰ ਕਿਹੜਾ ਸੁਰਖੀ ਪੈਂਦੀ ਹੈ ਇਹ, ਭਰਾਵਾਂ ਨੂੰ ਜਵਾਬ ਨਹੀਂ ਦੇਈਦਾ। ਨਾਲੇ ਰੈਸਟੋਰੈਂਟ 'ਤੇ ਮੈਂ ਤੇਰੇ ਕੰਮ ਦੀ ਵੀ ਗੱਲ ਕਰ ਲਈ, ਚੱਕ ਕੇ ਨਾ। ਬਾਈ ਕੰਮ ਨਹੀਂ, ਮੈਂ ਤਾਂ ਘੁੰਮਣ ਹੀ ਆਇਆ ਜੀ। ਤੂੰ ਇੱਕ ਘੁੱਟ ਭਰ ਕੇ ਤਾਂ ਦੇਖ, ਜੇ ਇੱਥੇ ਖੜਾ ਖੜਾ ਨਾ ਘੁੰਮ ਗਿਆ ਤਾਂ ਕਹੀਂ। ਨਾਲੇ ਘੁੰਮਣ ਘੁੰਮਾਉਣ ਨੂੰ ਹੈ ਇੱਥੇ ਕੀ, ਲੈ ਦੇ ਕੇ ਆ ਪਾਣੀ ਜਿਹੀ ਹੈ, ਜਾਂ ਦੂਜਾ ਇੱਕ ਉਹ ਲੰਗੂਰ ਜਿਹੇ ਵਰਗਾ ਜਿਹੜਾ ਜਾਨਵਰ ਜਿਹਾ ਹੁੰਦਾ ਜਿਹਦੇ ਇੱਥੇ ਡਿੱਗੀ ਜਿਹੀ ਲੱਗੀ ਹੁੰਦੀ ਹੈ ਬੱਚੇ ਵਾਲੀ, ਉਹ ਹੈ। ਨਾਲੇ ਵੀਰੇ ਡਾਲਰ ਸ਼ਾਪ ਇੱਥੇ ਡਾਲਰ, ਉਹਨਾਂ ਘੁੰਮ ਘੁੰਮਾ ਕੇ ਸਵਾਦ ਨਹੀਂ ਆਉਂਦਾ ਜਿੰਨਾ ਪਿੰਡ ਜਾ ਕੇ ਸ਼ਰੀਕਾਂ ਨੂੰ ਸਾੜ ਕੇ ਆਉਂਦਾ, ਠੀਕ ਹੈ ਨਾ? ਨਾਲੇ ਮੇਰਾ ਕੰਮ ਹੋ ਜੂਗਾ, ਇੱਕ ਨਾ ਰੈਸਟੋਰੈਂਟ 'ਤੇ ਸ਼ੂਕਾ ਜਿਹਾ ਜਵਾਕ ਜਾ, ਉਹ ਤੇਰੀ ਭਰਜਾਈ 'ਤੇ ਲੈਨ ਮਾਰਦਾ, ਉਹਦਾ ਖਿਆਲ ਰੱਖੀ ਮੇਰਾ ਵੀਰ ਬਣ ਕੇ। ਬਾਈ ਖਿਆਲ ਤਾਂ ਭਰਜਾਈ ਨੂੰ ਰੱਖਣਾ ਚਾਹੀਦਾ ਨਾ ਫਿਰ। ਉਹ ਤਾਂ ਵਿਚਾਰੀ ਬਾਹਲੀ ਭੋਲੀ ਆ ਯਾਰ, ਉਹਨੂੰ ਤਾਂ ਪਤਾ ਹੀ ਕੁਛ ਨਹੀਂ। ਆਹ ਦੇਖ, ਲੈ ਆਹ ਵਿਚਾਰੀ ਕਿਸੇ ਨੂੰ ਕਹਿ ਸਕਦੀ ਹੈ ਕੁਛ? ਜਮਾਂ ਦੇਵੀ ਦੀ ਮੂਰਤ ਹੈ।
ਬਾਈ ਤੁਹਾਡਾ ਤਾਂ ਨਕਲੀ ਵਿਆਹ ਹੋਇਆ, ਮੈਨੂੰ ਟੋਨੀ ਕਹਿੰਦਾ ਸੀ। ਕਿਹੜਾ ਟੋਨੀ? ਉਹ ਸਾਲਾ ਦੁੱਕੀ ਦਾ ਤਾਂ ਜੰਟ ਨਹੀਂ, ਘਟੀਆ ਬੰਦਾ ਸਿਰੇ ਦਾ ਉਹ। ਨਾਲੇ ਬਾਈ ਵਿਆਹ ਵਰਗੀ ਪਵਿੱਤਰ ਚੀਜ਼ ਕੋਈ ਨਕਲੀ ਕਰਵਾਉਂਦਾ ਹੁੰਦਾ? ਤੂੰ ਬਸ ਵੀਰ ਬਣ ਕੇ ਉਹ ਜਵਾਕ ਜੀ ਦਾ ਖਿਆਲ ਰੱਖੀ ਰੈਸਟੋਰੈਂਟ। ਬਾਈ ਭਾਬੀ ਨੂੰ ਵੀ ਨਾਲ ਲੈ ਆਉਂਦਾ, ਮੈਂ ਵੀ ਮਿਲ ਲੈਂਦਾ ਉਹਨੂੰ। ਕੰਮ 'ਤੇ ਛੱਡ ਕੇ ਤੈਨੂੰ ਲੈਣਾ ਆ। ਤੂੰ ਕਿਵੇਂ ਸਿਰਜਾ ਫੜੀ ਖੜਾ ਹੈ? ਫੋਨ ਕੀਤਾ ਸੀ, ਕੋਈ ਲੋੜ ਪੈ ਗਈ? ਬਾਈ ਆਂਟੀ ਨੇ ਘਰੋਂ ਕੱਢਤਾ। ਲੈ ਫਿਰ ਹੁਣ? ਬਾਈ ਇਹ ਤਾਂ ਥੋੜ੍ਹੀ ਦੂਰ ਮੇਰੇ ਮਾਮੇ ਦਾ ਸਾਲਾ ਰਹਿੰਦਾ, ਘਰਦੇ ਕਹਿੰਦੇ ਉਹਦੇ ਕੋਲ ਚਲੇ ਜਾਈ। ਯਾਰ ਥੋੜ੍ਹੇ ਦਿਨ ਰੁਕ ਜਾਂਦਾ ਵੀਰੇ, ਨਾਲੇ ਮੇਰਾ ਕੰਮ ਹੋ ਜਾਂਦਾ। ਬਾਈ ਮੈਂ ਤਾਂ ਜੀਜਾ ਨਾਲ ਤੇਰਾ ਕੰਮ ਕਰ ਰਿਹਾ ਸੀ, ਹੁਣ ਜਦ ਰਹਿਣ ਨੂੰ ਘਰ ਹੀ ਨਹੀਂ ਹੈਗਾ। ਨਾਲੇ ਜਿਹਨੇ ਤਾਂ ਸੇਵਾ ਕੀਤੀ ਹੈ ਨਾ ਮੇਰੀ, ਬਾਈ ਇਹਨੇ ਤਾਂ ਕੋਈ ਸਕੇ ਭਰਾ ਦੀ ਨਹੀਂ ਕਰਦਾ ਹੈਗਾ, ਹੁਣ ਕੀ ਕਰ ਸਕਦੇ ਹਾਂ? ਚੱਲ ਠੀਕ ਹੈ ਭਰਾਵਾ, ਜਾ ਫਿਰ, ਹੁਣ ਹੋ ਵੀ ਕੀ ਸਕਦਾ। ਉਹ ਨਹੀਂ ਬਾਈ, ਇੱਕ ਗੱਲ ਹੋਰ ਦੱਸਾਂ, ਬੜਾ ਸ਼ੋਰ ਜਾਣਾ ਬਾਈ, ਬਹੁਤ ਚਿੰਬੜਦਾ ਭਾਬੀ ਨੂੰ, ਗੱਲ ਗੱਲ 'ਤੇ ਜੱਫੀ ਪਾ ਲੈਂਦਾ, ਅਤੇ ਭਾਬੀ ਵੀ ਨਾ ਹੱਸ ਹੱਸ ਗੱਲਾਂ ਕਰਦੀ ਉਹਦੇ ਨਾਲ। ਅੱਛਾ ਹਾਂ, ਤੇਰੇ ਢਿੱਡ ਤਾਂ ਲੱਤ ਵੱਜੀ ਲੈ ਬਾਈ, ਜੇ ਮੈਨੂੰ ਰਹਿਣ ਨੂੰ ਘਰ ਮਿਲ ਜਾਂਦਾ ਨਾ, ਫਿਰ ਮੈਂ ਤੇਰਾ ਕੰਮ ਕਰਕੇ ਜਾਂਦਾ ਬਾਈ। ਚੱਲ ਜੇ ਗੱਲ ਹੈ ਤਾਂ ਵੀਰੇ, ਫਿਰ ਤੂੰ ਐਂ ਕਰ, ਆਪਣਾ ਸਮਾਨ ਇਕੱਠਾ ਕਰ, ਸ਼ਾਮ ਨੂੰ ਮੇਰੇ ਘਰ ਹੀ ਆ ਜਾ। ਚੱਲ ਜੇ ਮੈਂ ਤੈਨੂੰ ਠੀਕ ਲੱਗਦਾ ਬਾਈ, ਮੈਂ ਤਾਂ ਖੁੰਜਾ ਜਿਹਾ ਮੰਨ ਲੂੰਗਾ ਬਸ। ਚੱਲ ਠੀਕ ਹੈ, ਫਿਰ ਸ਼ਾਮ ਨੂੰ ਮਿਲਦੇ ਹਾਂ। ਠੀਕ ਹੈ। ਮੇਰੀ ਸ਼ਕਲ ਨੂੰ ਕੋਈ ਜ਼ਿਆਦਾ ਹੀ ਸੀਰੀਅਸ ਲੱਗੀ, ਇੰਨਾ ਬੋਲ ਅੱਗ ਨਹੀਂ ਵੀਰੇ, ਜਿੰਨਾ ਤੁਸੀਂ ਸਮਝ ਲਿਆ। ਆ ਜਾ। ਸੋਰੀ ਬਾਈ, ਕੰਮ ਤੋਂ ਲੇਟ ਹੋ ਗਿਆ। ਨਹੀਂ ਵੀਰੇ ਕੋਈ ਨਹੀਂ, ਫਿਰ ਕੀ ਹੋਇਆ, ਆਹ ਹਾਲ ਤੇਰਾ ਹੀ ਆ, ਹੁਣ ਇੱਥੇ ਹੀ ਲੈ ਲੈ ਡੇਰਾ ਤੂੰ। ਉਹ ਕਮਰਾ ਬਾਈ ਜੀ? ਇਹ ਮੇਰਾ। ਤੇ ਇੱਧਰ ਨਹੀਂ ਕੋਈ ਕਮਰਾ ਹੈਗਾ? ਉਹ ਤੇਰੀ ਭਰਜਾਈ ਦਾ। ਤੁਸੀਂ ਬਾਈ ਦੋਨੇ ਅੱਡ ਅੱਡ ਰਹਿੰਦੇ ਹੋ, ਬਣਦੀ ਨਹੀਂ ਤੁਹਾਡੀ? ਨਹੀਂ ਨਹੀਂ ਇਹ ਗੱਲ ਤਾਂ ਨਹੀਂ, ਤੈਨੂੰ ਪਤਾ ਹੀ ਹੈ ਤੀਵੀਂ ਆਦਮੀ 'ਚ 100 ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਮੈਨੂੰ ਕਹਿੰਦੀ ਮੈਨੂੰ ਡਾਇਮੰਡ ਦੀ ਰਿੰਗ ਲੈ ਕੇ ਦੇ, ਹੁਣ ਮੈਂ ਕਿੱਥੋਂ ਲੈਂਦਾ ਇਹਨੂੰ ਨੀਲਮ। ਛੋਟੀ ਹੈ ਨਾ ਹਜੇ, ਨਿੱਕੀ ਨਿੱਕੀ ਗੱਲ 'ਤੇ ਲੜ ਪੈਂਦੀ ਹੈ। ਚੱਲ ਕੋਈ ਨਹੀਂ, ਤੂੰ ਇਹ ਗੱਲਾਂ ਛੱਡ, ਆ ਖੂੰਜਾ ਜਿਹਾ ਕਰ ਲੈ, ਵਿਹਲਾ ਇੱਥੇ ਸਿੱਟ ਲੈ ਦਰੀ ਆਪਦੀ। ਬੱਬੂ ਤੂੰ ਇੱਥੇ ਕਿਵੇਂ? ਉਹ ਇਹਦੀ ਪੀ ਜੀ ਵਾਲੀ ਆਂਟੀ ਨੇ ਬਾਹਰ ਕੱਢਤਾ ਸੀ ਇਹਨੂੰ, ਇਹਨੂੰ ਮੈਂ ਇੱਥੇ ਲੈ ਆਇਆ। ਤੁਹਾਨੂੰ ਪਤਾ ਮੈਂ ਥੋੜ੍ਹਾ ਹੈਲਪਫੁਲ ਨੇਚਰ ਦਾ ਬੰਦਾ ਹਾਂ, ਮੈਥੋਂ ਨਾਂਹ ਨਹੀਂ ਹੋਈ, ਇਹਨੂੰ ਮੈਂ ਆਪਣੇ ਨਾਲ ਹੀ ਲੈ ਆਇਆ, ਹੁਣ ਇਹ ਆਪਣੇ ਕੋਲ ਹੀ ਰਹੂਗਾ। ਇਹ ਤੁਸੀਂ ਬਹੁਤ ਚੰਗਾ ਕੀਤਾ, ਮੈਂ ਕਦੇ ਬੋਰ ਹੋ ਜਾਂਦੀ ਹਾਂ, ਹੁਣ ਇਹ ਮੇਰੇ ਬਚਪਨ ਦਾ ਫਰੈਂਡ ਆ ਗਿਆ, ਜੀ ਲੱਗਿਆ ਰਹੂਗਾ ਮੇਰਾ। ਫਰੈਂਡ? ਇਹਦਾ ਮਤਲਬ ਬਚਪਨ ਤੋਂ ਫਰੈਂਡ ਲਈ ਸੀ? ਇੱਕ ਤਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਨਾ ਮੁੰਡਾ ਮੇਰਾ ਫਰੈਂਡ ਹੈ, ਪਤਾ ਨਹੀਂ ਕੀ ਗੱਲ, ਮੇਰੇ ਤਾਂ ਇਹ ਗੱਲ ਹਜ਼ਮ ਹੀ ਨਹੀਂ ਹੁੰਦੀ। ਲੈ ਤੁਹਾਨੂੰ ਨਹੀਂ ਪਤਾ, ਇਹ ਮੇਰੇ ਨਾਲ ਦੇ ਪਿੰਡ ਤੋਂ ਆ, ਅਸੀਂ ਦੋਨੋਂ ਇਕੱਠੇ ਪੜ੍ਹਦੇ ਸੀ। ਫਿਰ ਤਾਂ ਮੇਰਾ ਸਾਲਾ ਲੱਗਿਆ ਇਹ। ਨਹੀਂ ਨਹੀਂ ਫਰੈਂਡ ਆ, ਭਰਾ ਨਹੀਂ ਮੇਰਾ। ਇਹਦਾ ਬਹਿ ਜੇ ਪੇੜਾ, ਮੈਂ ਆਪਣੇ ਆਪ ਹੀ ਪੱਟ ਲਿਆ ਦੇਖ ਰੱਖੂ। ਹੁਣ ਫਿਰ ਮੈਂ ਹਾਲ 'ਚ ਹੀ ਲੈ ਲਾ ਡੇਰਾ। ਹਾਂ ਹਾਂ ਇੱਥੇ ਇੱਥੇ ਲੈ ਲਾ ਬਿਸਤਰਾ। ਹਾਲ 'ਚ ਕਿਉਂ, ਤੂੰ ਮੇਰੇ ਰੂਮ 'ਚ ਆ ਜਾ, ਇੰਨਾ ਤਾਂ ਵਿਸ਼ਵਾਸ ਆ ਮੈਨੂੰ ਤੇਰੇ 'ਤੇ, ਆ ਜਾ। ਨਹੀਂ ਨਹੀਂ ਮੈਂ ਆਪਣੇ ਕਮਰੇ 'ਚ ਐਡਜਸਟ ਕਰ ਲਵਾਂ। ਆ ਜਾ ਬਾਈ ਇੱਧਰ ਆ ਜਾ, ਆਪਾਂ ਇੱਥੇ ਪੈਨੇ ਦੋਵੇਂ। ਤੇਰੇ ਨਾਲ ਕਿੱਥੇ ਹੁਣ ਐਡਜਸਟ, ਆ ਜਿਹੜਾ ਤੇਰਾ ਢਿੱਡ ਆ ਨਾ, ਤੈਨੂੰ ਤਾਂ ਇਕੱਲੇ ਨੂੰ ਬੈਡ ਥੋੜ੍ਹਾ ਪੈਂਦਾ ਹੋਣਾ। ਮੈਂ ਉੱਧਰ ਕਰ ਲੂੰਗਾ ਐਡਜਸਟ, ਸਰਾਣੇ ਦੀ ਵੱਟ ਬਣਾ ਲਾਂ ਗੱਬੇ, ਤੂੰ ਫਿਕਰ ਨਾ ਕਰ। ਦੇਖ ਲੈ ਜੱਟਾਂ ਦੇ ਵੱਟਾਂ ਪਿੱਛੇ ਕਦਲ ਹੁੰਦੇ ਨੇ, ਜੇ ਮਾੜਾ ਮੋਟਾ ਵੀ ਇੱਧਰ ਉੱਧਰ ਸਿਰਕਿਆ ਨਾ ਤਾਂ ਹਿਸਾਬ ਲਾ ਲਈ ਆਪਣਾ। ਦੇਖਦੇ ਹਾਂ। ਹਾਏ ਰੱਬਾ, ਮੈਂ ਤਾਂ ਬਿੱਲਾ ਹੀ ਦੁੱਧ ਹੀ ਰੱਖੀ ਬਿਠਾ ਬੈਠਾ। ਨਹੀਂ ਹੁੰਦੀ ਬੁੱਗੀ ਉੱਥੇ? ਨਹੀਂ ਸਾਰਾ ਕੁਛ ਠੀਕ ਚੱਲਦਾ,
ਠੀਕ ਹੈ ਅੱਜ ਖਰਚਾ ਬਾਈ ਮੈਂ ਵੀ ਚੱਲਦਾ ਨਾਲ ਬਸ ਤੇਰੀ ਇਹ ਘਾਟ ਰਹਿ ਗਈ ਸੀ ਸਰਗੀ ਤੂੰ ਪਿੱਛੇ ਆ ਜਾਂਦੀ ਹਾਂ ਠੀਕ ਆ ਆ ਜਾਂਦੀ ਆ ਤੂੰ ਇੱਥੇ ਦੇ ਦੇ ਜਿਹੜਾ ਸੰਧਾਰਾ ਦੇਣਾ ਭੈਣ ਨੂੰ ਮੈਂ ਕਹਾੜਾ ਮਾਰ ਲਿਆ ਪੈਰਾਂ ਤੇ ਉਹ ਬਾਈ ਮੂਹਰੇ ਕਲੀ ਨੇ ਬੈਠੀ ਨੇ ਬੋਰ ਹੋ ਜਾਣਾ ਸੀ ਪਿੱਛੇ ਬਹਿ ਕੇ ਅਸੀਂ ਗੱਲਾਂ ਕਰ ਲਾਂਗੇ ਇੰਨੀ ਦੇਰ ਬਾਅਦ ਮਿਲੀ ਆ ਸਹੀ ਗੱਲ ਆ ਮੈਂ ਡਰਾਈਵਰ ਹਾਂ ਤੁਹਾਡਾ ਅੱਗ ਲੈਣ ਆਈ ਘਰ ਦੀ ਮਾਲਕਣ ਬਣ ਬੈਠੀ ਮੈਂ ਖੋਲ ਦਿੰਦਾ ਟਾਈਮ ਨਾਲ ਆ ਗਿਆ ਜਾਪਾ ਨਾ ਕਮਾਲ ਹੈ ਅੱਜ ਮਾਊ ਜਾ ਕੀ ਆ ਗਿਆ ਨਾਲ ਯਾਰਾਂ ਨੂੰ ਹੀ ਭੁੱਲ ਗਈ ਕਿਵੇਂ ਆ ਰੱਖਦਾ ਫਿਰ ਖਿਆਲ ਭਾਬੀ ਦਾ ਪੁੱਤ ਪਿਆ ਹੋਇਆ ਹੈ ਤੇਰਾ ਕੀ ਮਤਲਬ ਓਏ ਇਹਨੂੰ ਭੋਲਾ ਜਾ ਨਾ ਸਮਝੀ ਇਹ ਕਬੂਤਰ ਜਾ ਇੱਥੇ ਇਹਦੇ ਮਗਰੀ ਆਇਆ ਤੂੰ ਤੈਨੂੰ ਕੱਲ੍ਹ ਜਾਣਨ ਲੱਗਿਆ ਇਹ ਤਾਂ ਨਿੱਕੀ ਹੁੰਦੀ ਤੇ ਬਸ 'ਤੇ ਵੀ ਚੱਕਦਾ ਰਿਹਾ ਝੂਠ ਤਾਂ ਨਹੀਂ ਬੋਲਦਾ ਨਾ ਤੈਨੂੰ ਮੇਰੀ ਸ਼ਕਲ ਤੋਂ ਲੱਗਦਾ ਵੀ ਮੈਂ ਝੂਠ ਬੋਲਦਾ ਹੋਊਗਾ ਦੇਖ ਆਪਾਂ ਤਾਂ ਬਾਅਦ 'ਚ ਡਿਸਾਈਡ ਕਰ ਲਾਂਗੇ ਵੀ ਦ੍ਰੋਪਦੀ ਦਾ ਪਤੀ ਕੌਣ ਪਹਿਲਾਂ ਇਹਦਾ ਕੁਛ ਕਰੀਏ ਦੇਖ ਤਾਂ ਸਹੀ ਕਿਵੇਂ ਪਹਿਲਾਂ ਪਾ ਰਹੇ ਨੇ ਦੋਵੇਂ ਚੱਲ ਕਰ ਕੁਛ ਹੁਣ ਤਾਂ ਮੈਂ ਪਾਉਣਾ ਪਹਿਲਾਂ ਇਹ ਸੱਚੇ ਪਾਤਸ਼ਾਹ ਇਹ ਬਿੱਲੀਆਂ ਆਪਸ ਵਿੱਚ ਹੀ ਲੜ ਲੜ ਮਰ ਜਾਣ ਘੱਟੋ ਘੱਟ ਤੇਰੇ ਸਬੰਧਰ ਦੀ ਤਸੀਪ ਲੱਗ ਜੇ ਜਿਉਂਦਾ ਜਾ ਵੀ ਆਈ ਪਾਰਟੀ 'ਤੇ ਆ ਜਾ ਬਾਹਰ ਬਾਈ ਮੈਂ ਤਾਂ ਬਹੁਤ ਲੱਭਿਆ ਤੁਹਾਨੂੰ ਤੁਸੀਂ ਇੱਥੇ ਸੀ ਨਾ ਹੋਰ ਚੰਦੂ ਬਾਜਰੇ ਨੂੰ ਛੱਡ ਕੇ ਗਏ ਸੀ ਘਰੇ ਤੂੰ ਟਿਕ ਜਾ ਜਿਹੜੀਆਂ ਬਹਿਮਤਾਂ ਕਰਨ ਲੱਗਿਆ ਨਾ ਮੈਨੂੰ ਸਭ ਪਤਾ ਹੈ ਨਾ ਵੀਰੇ ਪਰ ਰੱਬ ਤੋਂ ਤਾਂ ਡਰ ਦੁਸ਼ਮਣਾ ਮੈਂ ਉਹਦੇ ਨਾਲ ਗੁਰੂ ਘਰ ਜਾ ਕੇ ਲਾਵਾਂ ਲੱਗੀਆਂ ਨੇ ਬਾਈ ਮੈਂ ਨਾ ਉਹਨੂੰ ਛੋਟੇ ਹੁੰਦੇ ਤੋਂ ਬਹੁਤ ਪਸੰਦ ਕਰਦਾ ਫਿਰ ਜੋਕ ਵਾਲੀ ਗੱਲ ਪਸੰਦ ਕਰਨ ਨੂੰ ਉਹ ਕੁਲਫੀ ਹੈ ਜਿਹੜੀ 4 ਮਿੰਟ ਭੁੰਜੇ ਲਿਟਕੇ ਚੀਕਾ ਮਾਰ ਕੇ ਮਿਲ ਜੂਗੀ ਉਹ ਕੁੜੀ ਆ ਉਹ ਕੁੜੀ ਨਾਲੇ ਜਿਹੜੇ ਪਤੰਦਰ ਕੋਲੇ ਲੈ ਕੇ ਜਾਂਦਾ ਨਾ ਉਸ ਭੜੋ ਨੂੰ ਉਹ ਪੂਰਾ ਕੁੱਤੇ ਦਾ ਵੱਢਿਆ ਹੋਇਆ ਪਹਿਲਾਂ ਉਹਨੂੰ ਬਾਹਰ ਕੱਢ ਆਪਾਂ ਤਾਂ ਬਾਅਦ 'ਚ ਡਿਸਾਈਡ ਕਰ ਲਾਂਗੇ ਵੀ ਦ੍ਰੋਪਦੀ ਦਾ ਪਤੀ ਕੌਣ ਹੈ ਗੱਲ ਬਾਈ ਤੇਰੀ ਠੀਕ ਆ ਯਾਰ ਵੀਰੇ ਐਂ ਨਾ ਕਰੋ ਤੁਸੀਂ ਮੇਰੇ ਨਾਲ ਇਹ ਸੱਚੀ ਮੇਰੀ ਪੱਕੀ ਘਰ ਵਾਲੀ ਹੈ ਜੇ ਕਹੋ ਤਾਂ ਮੈਂ ਇਹਦੇ ਕਾਗਜ਼ ਵੀ ਦਿਖਾ ਸਕਦਾ ਤੁਹਾਨੂੰ ਯਾਰ ਕਾਗਜ਼ਾਂ ਨੂੰ ਤੂੰ ਵਿਆਹ ਕਰਾ ਕੇ ਮਰੂਤੀ ਕਢਾਈ ਆ ਕਾਗਜ਼ ਦਿਖਾ ਦਿੰਦਾ ਇਹ ਤਾਂ ਬਹੁਤ ਗਲਤ ਗੱਲ ਹੈ ਨਾ ਬੁੱਗੀ ਮੰਨੇ ਆਪਣੀ ਜੋੜੀ ਐਂ ਲੱਗਦੀ ਜਿਵੇਂ ਦੁੱਧ 'ਚ ਪੱਤੀ ਪਾਈ ਹੁੰਦੀ ਹੈ ਪਰ ਜਦੋਂ ਇੱਕ ਵਾਰ ਦੁੱਧ 'ਚ ਪੱਤੀ ਪੈ ਜੇ ਨਿਕਲ ਵੀ ਨਹੀਂ ਨਾ ਸਕਦੀ ਓ ਡਰਾਮੇਬਾਜ਼ੀਆਂ ਨਾ ਕਰ ਪੈਸੇ ਲੈ ਲਈ ਜਿਹੜੇ ਤੇਰੇ ਲੱਗੇ ਆ ਹੋਰ ਵਿਆਹ ਕਰਾ ਲਈ ਇਹਨੂੰ ਤਲਾਕ ਦੇ ਕੇ ਪੈਸੇ ਦੇਣ ਨੂੰ ਤੂੰ ਬੜਾ ਰਚਨਾ ਰਾਮ ਮਾਰਤੀ ਹੈ ਵੀ ਪਾਈ ਪਾਈ ਚੁਕਾ ਦੇਗਾ ਮੈਂ ਨਹੀਂ ਮੈਂ ਤਾਂ ਪੁਲਿਸ 'ਚ ਜਾਊਂ ਨਾਲੇ ਇਹਨੂੰ ਜੇਲ੍ਹ 'ਚ ਬਿਠਾਉਂ ਨਾਲੇ ਆਪ ਬੈਠੂ ਜਾਂ ਫਿਰ ਮਰੂੰਗਾ ਨਾਲੇ ਫੇਸਬੁੱਕ 'ਤੇ ਸਟੇਟਸ ਵੀ ਪਾਊਂਗਾ ਵੀ ਇੰਨਾ ਕਰਕੇ ਮਰਿਆ ਮੈਂ ਚੱਲਿਆ ਮਰਨਾ ਅੱਜ ਲਾਇ ਮਰੂੰਗਾ ਮੈਂ ਤੁਹਾਡੇ ਸਾਹਮਣੇ ਲਾਈਵ ਖੁਦ ਕੁਛ ਨਹੀਂ ਮਿਲਿਆ ਸੀਗਾ ਤੈਨੂੰ ਲੈ ਕੇ ਦੇਖ ਲਓ ਤੁਸੀਂ ਅਜੇ ਵੀ ਰੋਕ ਸਕਦੇ ਹੋ ਮੈਨੂੰ ਮੈਂ ਤੁਹਾਡੇ ਹੀ ਫਾਇਦੇ ਦੀ ਗੱਲ ਕਰ ਰਿਹਾ ਨਹੀਂ ਨਹੀਂ ਮੰਨਦੇ ਲੈ ਮਰੂੰਗਾ ਮੈਂ ਅੱਜ ਮਰੂੰਗਾ ਆਹ ਬੂਟਾਂ ਦਾ ਖਿਆਲ ਰੱਖੋ ਮੇਰੇ ਆਹ ਸਣੇ ਜਰਾਬਾਂ ਪਏ ਇੱਥੇ ਮੈਂ ਚੱਲਿਆ ਮਰਨਾ ਲੈ ਮਰੂੰਗਾ ਅੱਜ ਮੈਂ ਟੁੱਪੜ ਚੱਲਿਆ ਦੇਖ ਲਓ ਮੋੜ ਲਓ ਟੁੱਪੂਗਾ ਮੈਂ ਨਹੀਂ ਚੱਲ ਠੀਕ ਹੈ ਸਰ ਕੀ ਤੇਰੇ ਲਈ ਮਰਨਾ ਵੀ ਕੈਂਸਲ ਉਹ ਤਾਂ ਨੈਟਵਰਕ ਨਹੀਂ ਆ ਰਿਹਾ ਸੀ ਨਹੀਂ ਮੈਂ ਅੱਜ ਤੁਹਾਨੂੰ ਲਾਈਵ ਮਾਰ ਕੇ ਦਿਖਾਉਂਦਾ ਪਿੱਛੇ ਲੱਗੀ ਇਹਦੇ ਕੋੜ ਕਰ ਲੈ ਜਿਹਦੇ ਨਹੀਂ ਮੰਨਣਾ ਤੂੰ ਚੱਲ ਲਿਖੋ
15 ਲੱਖ ਰੁਪਈਆ ਏਜੰਟ ਨੂੰ ਦਿੱਤਾ, 250 ਰੁਪਏ ਦੇ ਟੋਫੀਆਂ ਚੋਕਲੇਟ ਦੇ ਛੋਟੇ ਭੈਣ ਭਰਾਵਾਂ ਨੂੰ ਦਿੱਤੀਆਂ, ਫਿਰ ਟੈਕਸੀ ਵਾਲੇ ਨੂੰ ਏਅਰਪੋਰਟ ਤੱਕ 2500 ਰੁਪਈਆ ਦਿੱਤਾ, ਫਿਰ ਰਾਹ 'ਚ ਮੁਰਥਲੇ ਨੂੰ ਪਰੌਂਠੇ ਖਵਾਏ, ਫਿਰ ਏਅਰਪੋਰਟ 'ਤੇ ਪਹੁੰਚਣ ਸਾਰੇ ਨੂੰ ਪਾਣੀ ਦੀ ਬੋਤਲ ਲੈ ਕੇ ਦਿੱਤੀ, ਫਿਰ ਜਹਾਜ਼ 'ਚ ਚੜ੍ਹਨ ਤੋਂ ਪਹਿਲਾਂ ਇੱਕ ਸੈਂਡਵਿਚ ਖਵਾਇਆ, ਫਿਰ ਜਹਾਜ਼ 'ਚ ਉਤਰ ਕੇ ਆਪ ਵੀ ਇਹਨੂੰ ਫੁੱਲ ਲੈ ਕੇ ਉੱਥੇ ਦਾ ਸਵਾਗਤ ਕੀਤਾ, ਫਿਰ ਘਰ ਦਾ ਰੈਂਟ ਦਿੱਤਾ, ਆਉਣ ਜਾਣ ਡੇਲੀ ਦੇ ਪੈਟਰੋਲ ਦੇ ਖਰਚੇ ਹੋਏ, ਫਿਰ ਇਹਨੂੰ ਬਾਹਰ 5-7 ਵਾਰੀ ਖਾਣਾ ਵੀ ਖਵਾਇਆ, ਫਿਰ ਤੁਹਾਡੇ ਰੈਸਟੋਰੈਂਟ ਦੇ ਵਿੱਚ ਹੀ ਆ ਕੇ ਇਹਨੂੰ ਕਾਫੀ ਪਿਆਈ, ਉਸ ਤੋਂ ਬਾਅਦ ਉਹ ਡਾਇਨਾਸੌਰ ਜਿੱਥੇ ਬੈਠੇ ਸੀ ਜਿੱਥੇ ਉੱਥੇ ਇਹਨੂੰ ਸੌਫਟੀ ਖਵਾਈ, ਤੇ ਬਾਕੀ ਮੈਂ ਹਿਸਾਬ ਕਿਤਾਬ ਕਾਪੀ 'ਚ ਲਿਖਿਆ ਹੋਇਆ। ਮੈਂ ਸੋਚ ਨਹੀਂ ਸਕਦੀ ਸੀ ਕਿ ਤੂੰ ਇੰਨਾ ਮਤਲਬ ਹੀ ਨਿਕਲੇਗਾ। ਆਹੋ, ਤੂੰ ਤਾਂ ਮੈਨੂੰ ਬੜਾ ਸੁੱਤੇ ਪੈਰੂ ਪੱਖੀ ਦੀਆਂ ਝੱਲਾਂ ਮਾਰਦੀ ਰਹੀ ਹੈ ਨਾ, ਉਹ ਜਿਹਦੇ ਇਸ਼ਾਰਿਆਂ ਤੇ ਨੱਚ ਰਹੀ ਹੈ ਨਾ ਉਹਨੂੰ ਤਾਂ ਮੈਗੀ ਵੀ ਨਹੀਂ ਬਣਾਉਣੀ ਆਉਂਦੀ, ਮੈਂ ਤੈਨੂੰ ਪਨੀਰ ਤੇ ਤੜਕੇ ਲਾਲਾ ਕਮਾਉਂਦਾ ਰਿਹਾ, ਭੋਰਾ ਕਦਰ ਨਾ ਪਾਈ ਬੇਕਦਰੇ ਮੇਰੇ ਪਿਆਰ ਦੀ। ਉਹ ਚੱਲ ਬਸ ਕਰ, ਪੈਸੇ ਮਿਲ ਜਾਣਗੇ ਤੇਰੇ। ਪੈਸੇ? ਹਾਂ ਟੋਨੀ, ਉਹ ਹੁਣ ਕੋਈ ਚੱਜ ਦੀ ਲੱਭਦੀ ਉਹ ਜਿਹੜਾ ਮੇਰਾ ਉਮਰ ਭਰ ਸਾਥ ਨਿਭਾਵੇ, ਇਹਨੇ ਤਾਂ ਲਾਤੇ ਲੱਲਰ, ਆਹ ਸਾਲਾ ਰੈਸਟੋਰੈਂਟ ਵਾਲਾ ਮੁੰਡਾ ਜਾਂ ਤਾਂ ਰਚਨਾਰਾ ਮਾਰਤੀ ਆਪਣਾ ਖੜਾ, ਕਹਿੰਦਾ ਪੈਸੇ ਲੈ ਲਈ, ਦੇਖੀ ਕਿਤੇ ਮੇਰਾ ਢੋਆ ਢੋਈ ਦਾ ਕੰਮ ਹੀ ਨਾ ਰਹਿ ਜੇ। ਮਾੜੀ ਕਿਸਮਤ ਵਿਚਾਰੇ ਅਮਰੀਕ ਦੀ, ਮਨਪ੍ਰੀਤ ਨੂੰ ਵੀ ਉਹੀ ਵਿਆਹ ਕੇ ਲੈ ਆਇਆ ਸੀ। ਉਹ ਬੁੱਕੀ ਇਹਦੇ ਨਾਲ ਕਿੱਥੇ ਤੁਰੀ ਜਾਣੀ ਲਫੈਣ ਨਾਲ, ਇਹ ਤਾਂ ਬਹੁਤ ਘਟੀਆ ਬੰਦਾ ਹੈ, ਹਾਏ ਹੋ ਰੱਬਾ, ਮੈਂ ਤਾਂ ਸਾਰੀ ਜ਼ਮੀਨ ਲਾਤੀ ਇਹਨਾਂ ਤੇ, ਉਹ ਮੈਨੂੰ ਕਿਹੜਾ ਸੁਸਰੀ ਲੱਗਿਆ ਜਿਹੜੀਆਂ ਮੇਰੇ ਕੋਲ ਨਹੀਂ ਟਿਕਦੀਆਂ, ਉਹ ਤੁਹਾਨੂੰ ਪੈ ਜਾ ਪਟਮੇਲੀ, ਰਾਂਝਾ ਤਾਂ ਰਹਿ ਗਿਆ ਬਸ ਮੱਝਾਂ ਚਰਾਉਣ ਜੋਗਾ। ਇੰਨੀ ਸੋਹਣੀ ਕਾਤੇ ਆ ਤੂੰ, ਥੈਂਕਸ। ਸੋਹਣੀ ਕੁੜੀਆਂ ਦਾ ਨਾ ਅਸਲ 'ਚ ਹੱਥਾਂ ਤੇ ਪਤਾ ਲੱਗਦਾ, ਤੇਰੇ ਹੱਥ ਬਹੁਤ ਸੋਹਣੇ। ਉਹ ਤੈਨੂੰ ਮੈਂ ਹੀ ਮਿਲਿਆ ਸੀ, ਕੀ ਖਾ ਕੇ ਜੇ ਮੈਂ ਕਪੂਤ ਵੀ ਮੇਰੀਆਂ ਜੜਾਂ 'ਚ ਬੈਠੇ, ਬੋਲਣਾ ਤੈਨੂੰ ਆਉਂਦਾ ਨਹੀਂ, ਬੋਲਦਾ ਏਦਾਂ ਜਿੱਦਾਂ ਬਰਸਾਤ 'ਚ ਰੇਡੀਓ ਬੋਲਦਾ ਹੁੰਦਾ ਰੁਕ ਰੁਕ ਕੇ। ਮੈਨੂੰ ਤਾਂ ਇੰਝ ਲੱਗਦਾ ਵੀ ਮੈਂ ਕੋਈ ਵਿਆਹ ਨਹੀਂ ਕਰਾਉਂਦਾ, ਮੇਰਾ ਇੰਪੋਰਟ ਐਕਸਪੋਰਟ ਦਾ ਕੰਮ ਚੱਲਦਾ, ਉਧਰ ਤੇ ਕੁੜੀਆਂ ਲਿਆਂਦਾ ਇਧਰ ਤੇ ਸਾਂਭ ਲੈਂਦੇ। ਅਗਲੇ ਚੰਨ 'ਚ ਰੱਬ ਕਰੇ ਤੂੰ ਮੇਰਾ ਮੁੰਡਾ ਹੋਵੇ, ਫਿਰ ਤੈਨੂੰ ਦੱਸਾਂ ਦਰਦ ਕੀ ਹੁੰਦਾ, ਤੇਰੀ ਲੈ ਗੱਲ ਤੇ ਥਪੜਾ, ਦੇਖ ਗੱਲ ਤੇ ਥਪੜਾ, ਤੇਰੀਆਂ ਗੱਲਾਂ ਨਾਲ ਨਾ ਕਰਦਾ ਮੈਂ। ਤੂੰ ਕੀ ਰੋਣਾ, ਮੈਂ ਤੇ ਤੂੰ ਬਾਅਦ ਰੋਣਾ, ਉਹ ਕੁੜੀ ਚੰਗੀ ਸੀ, ਇਹ ਤਾਂ ਉਹੀ ਚੱਕਵੀਂ 'ਚ ਲੱਗਦੀ ਹੈ, ਚੱਕਵੀ ਸੈਲਫੀ, ਮੇਰਾ ਤਾਂ ਮਰਨ ਹੋਇਆ ਪਿਆ ਹੈ, ਦੋਵੇਂ ਇੱਕੋ ਜਿਹੇ ਰਲ ਗਏ, ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਚੜੇ, $300-400 ਦੇ ਤਾਂ ਸ਼ੇਕ ਸ਼ੂਕ ਜੇ ਛੱਕ ਜਾਂਦੇ ਆ ਅੱਠ ਤੂੰ, ਦੱਸ ਮੈਂ ਕਿਹੜੇ ਪਾਸੇ ਜਾਵਾਂ। ਅੱਛਾ ਐਂ ਦੱਸ, ਤੈਨੂੰ ਕਿਸੇ ਖੂਹ ਦਾ ਪਤਾ ਹੈ? ਕਿਉਂ ਇੱਥੇ ਆਪਾਂ ਲਹਿਰੇ ਗਾ ਕੇ ਫਿਰਦੇ ਹਾਂ, ਕਿਹੜੇ ਮੁਲਕ 'ਚ ਫਿਰਦੇ ਹਾਂ, ਹਾਂ ਸਮੁੰਦਰ ਹੈਗਾ। ਚੱਲ ਦੋਵੇਂ ਚੱਲ ਕੇ ਛਾਲ ਮਾਰੀਏ ਬਾਹਰ, ਸਮਾਨ ਤੋਰ ਸਾਨੂੰ। ਉਹ ਯਾਰ ਜੇਬ ਚੋਂ ਕੱਢ ਲਾ, ਤੈਨੂੰ ਦਿਖਦਾ ਨੀ ਮੈਂ ਕੰਮ ਕਰਦਾ। ਅੱਛਾ, ਉਹ ਕਿਤੇ ਜੇਬ ਨਾ ਪਾੜ ਦੀ ਪਤੰਦਰਾ। ਇਹ ਵੀ ਸਾਲਾ ਕਮਾਲ ਦਾ ਹੀ ਬੰਦਾ ਯਾਰ, ਇਹਦਾ ਬਾਪੂ ਨਾ ਮਾੜਾ ਜਿਹਾ ਵਰਕ ਸਾਹਿਬ ਕੋਲ ਇੱਧਰ ਉੱਧਰ ਹੋ ਜੇ, ਸਾਲਾ ਚੱਕ ਕੇ ਸਮਾਨ ਨਾ ਯੋਂਗੇ ਜੇ ਦੀ ਧਾਰ ਕੱਢਣ ਲੱਗ ਜੂ ਜਲੇ। ਗੱਲ ਸੁਣ ਓਏ, ਬੱਕੀ ਆ ਮਿਰਜੇ ਯਾਰ ਦੀ। ਅੱਛਾ, ਆ ਲੈ ਫੜ ਬਾਈ, ਚੱਕ ਲਾ ਲਿਆ, ਲੈ ਓਏ ਤੂੰ ਵੀ ਖਾ ਲੈ। ਨਾ ਨਾ ਮੈਂ ਨਹੀਂ ਖਾਂਦਾ ਯਾਰ, ਆਪਾਂ ਨੂੰ ਤਾਂ ਡਰ ਲੱਗਦਾ ਕੀ ਪਤਾ ਲੱਗ ਜਾਵੇ। ਸਹੀ ਆ ਸਹੀ ਆ, ਬਿਲਕੁਲ ਸਹੀ ਆ ਤੂੰ, ਇਹ ਤਾਂ ਸਾਲੀ ਮਾੜੀ ਜਿਹੀ ਸੁੰਘ ਲਓ ਨਾ ਤਾਂ ਵੀ ਲੱਗ ਜਾਂਦੀ ਆ। ਲਿਆ ਆਪਣੇ ਵਾਲੀ ਵੀ ਮੈਨੂੰ ਹੀ ਫੜਾ ਦੇ। ਲਿਆ ਤਾਂ ਜਮਾ ਫੀਮ ਆ ਓਏ, ਕਿਉਂ ਚੱਕ ਆ ਕੋਈ ਤੇਰਾ ਕੀ ਪਤਾ ਮਿਸਤਰੀ ਦਾ, ਕਾਲਾ ਗਰੀਸ ਖਵਾ ਦੇ। ਹੱਸਣ ਵਾਲੀ ਗੱਲ ਨੀ ਬਾਈ, ਤੇਰਾ ਸਾਲਿਆਂ ਨੇ ਸੱਚੀ ਖਵਾਤੀ ਸੀ ਮੈਨੂੰ, ਪਤਾ ਕੀ ਹੋਇਆ ਇਹਨੇ ਐਡੀ ਜੀ ਮੈਨੂੰ ਗੋਲੀ ਬਣਾ ਕੇ ਦੇਤੀ, ਆਪਾਂ ਵੀ ਚੱਕਿਆ ਪਾਣੀ ਦਾ ਗਲਾਸ, ਕੜੱਚ ਦੇਣੇ ਮਾਰੀ ਅੰਦਰ। ਫਿਰ ਤੈਨੂੰ ਕਿਵੇਂ ਪਤਾ ਲੱਗਿਆ ਓਏ?
ਮੈਂ ਜਦ ਸਵੇਰੇ ਜੰਗਲ ਪਾਣੀ ਗਿਆ ਨਾ, ਸਾਲਾ ਦੋ ਧਾਰੀ ਵਾਲਾ ਮਾਲ ਮਾਰ ਨੂੰ ਆਵੇ। ਉਹ ਇਸੇ ਸਮਾਨ ਕਰਕੇ ਪਿੰਡਾਂ ਸ਼ਿਮਲੇ ਬੈਠਾ ਸਹੇਲੀ ਨਾਲ। ਸਹੀ ਹੈ, ਲੈ ਗਾਂਧੀ ਬਾਈ ਹੋਰੀ ਵੀ ਆ ਗਏ। ਕਿਵੇਂ ਹੈ ਹਰੀ? ਵਧੀਆ ਬਾਈ। ਬਾਈ ਬੈਠੋ, ਮੈਂ ਚਾਹ ਕਹਿ ਕੇ ਆਇਆ। ਛੇਤੀ ਕਹਿ ਕੇ ਅਸੀਂ ਪੇਸ਼ੀ ਤੇ ਜਾਣਾ ਸੀ। ਕਿੱਦਾਂ ਬਾਈ? ਕਿਵੇਂ ਭੁੱਲੇ? ਆਜਾ ਬਾਈ, ਆਜਾ ਬਾਈ। ਅੱਜ ਮੌਸਮ ਤੇ ਸਮਾਨ ਨਾ ਦੋਨੋਂ ਖਿੜੇ ਹੋਏ ਨੇ, ਪੇਸ਼ੀ ਕੈਂਸਲ ਨਹੀਂ ਹੋ ਸਕਦੀ। ਹੋ ਸਕਦੀ ਆ, ਕਿਉਂ ਨਹੀਂ ਹੋ ਸਕਦੀ? ਜੀਤੇ ਮਾਰ ਕੋਈ ਬਹਾਨਾ ਵਕੀਲ ਨੂੰ। ਉਹ ਫੋਨ ਡਾਇਰੈਕਟਰੀ, ਫੋਨ ਫੜਾ। ਹੈਲੋ। ਹੈਲੋ ਵਕੀਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੇਸ਼ੀ 'ਤੇ ਨਹੀਂ ਆ ਸਕਦੇ। ਕਿਉਂ, ਕੀ ਗੱਲ ਹੋ ਗਈ? ਉਹ ਸਾਡੇ ਨਾਲ ਦੇ ਬੰਦੇ ਭੋਲੇ ਦਾ ਰਾਤ ਹੋ ਗਿਆ ਐਕਸੀਡੈਂਟ, ਉਹਨੂੰ ਲੈ ਕੇ ਅਸੀਂ ਹਸਪਤਾਲ ਬੈਠੇ ਹਾਂ। ਤੁਸੀਂ ਐਂ ਨਾ ਕਰੋ, ਤੁਸੀਂ ਪੇਸ਼ੀ 'ਤੇ ਆਓ। ਤੈਨੂੰ ਕੀ ਪੁੱਛਣਾ ਸੀ? ਉਸੇ ਵਕੀਲ ਦੇ ਸਕੂਟਰ ਤੇ ਬਹਿ ਕੇ ਤਾਂ ਬਾਈ ਮੈਂ ਇੱਥੇ ਆਇਆ। ਉਹ ਸਾਲਾ ਪਹਿਲਾਂ ਨਹੀਂ ਬੋਲ ਸਕਦਾ ਸੀ, ਮੂੰਹ ਤੇ ਤਾਂ ਹੱਥ ਰੱਖਿਆ ਹੋਇਆ ਸੀ, ਹੋਰ ਬੋਲਦਾ ਮੈਂ ਆਪਣੀ। ਚਲੋ ਵੀ ਮੁੰਡਿਓ, ਪਰਚੀ ਕਟਾਓ। ਕਾਹਦੀ ਪਰਚੀ ਆ ਵੀਰੇ? ਆ ਕਿਹੜੇ ਮੌਸਮ ਦੀ ਛਬੀਲ ਲਾਈ ਆ ਤੁਸੀਂ? ਛਬੀਲ ਦੀ ਨਹੀਂ, ਟੂਰਨਾਮੈਂਟ ਦੀ ਪਰਚੀ ਆ। ਚੁੱਪ ਚਾਪ ਰੁਪਈਆ ਕੱਢੋ 100। ਜਿਹੜੇ ਤਰੀਕੇ ਨਾਲ ਤੂੰ ਮੰਗਦਾ ਨਾ, ਐਂ ਤਾਂ ਅਸੀਂ ਇੱਕ ਧੇਲਾ ਨਹੀਂ ਦਿੰਦੇ। ਹਾਂ ਵਿਦਾਰੀ, ਕੱਟੀ ਨਹੀਂ ਪਰਚੀ? ਬਾਈ ਆ ਮੁੰਡੇ ਪਰਚੀ ਨਹੀਂ ਕਟਾਉਂਦੇ, ਉੱਤੋਂ ਆਕੜਦੇ ਨੇ। ਉਹ ਆਕੜਦਾ ਮੈਂ ਜਾਂ ਤੂੰ? ਪਰਚੀ ਕਟਾਉਣਾ ਹੈ ਕਿ ਹਫ਼ਤਾ ਮੰਗਣ? ਕਾਕਾ ਅੜੀ ਨਹੀਂ ਕਰੀਦੀ, ਪਰਚੀ ਕਟਾ। ਤੂੰ ਅੜੀ ਸਮਝ, ਨਹੀਂ ਕਟਾਉਂਦੇ ਪਰਚੀ। ਉਹ ਬਾਈ ਜੀ ਖੜ ਜਾਓ, ਮੈਂ ਕਟਾਉਂਦਾ ਪਰਚੀ। ਇਹ ਮੇਰੇ ਕਾਲਜ ਦੇ ਦੋਸਤ ਨੇ, ਇਹ ਵਰਕਸ਼ਾਪ ਮੇਰੇ ਬਾਪੂ ਦੀ ਹੈ। ਅੱਛਾ, ਕਾਲਜੀਏਟ ਮੁੰਡੇ ਨੇ ਉਹ? ਚੱਲ ਛੱਡ ਇਹਨਾਂ ਦੀ ਪਰਚੀ। ਪਰ ਬਾਈ ਕੱਪੜੇ ਤੋਂ ਤਾਂ ਵਧੀਆ ਘਰਾਂ ਦੇ ਲੱਗਦੇ ਨੇ। ਓਏ ਕਾਲਜੀਏਟ ਚਾਹੇ ਟਾਟਾ ਬਿਰਲਾ ਦੀ ਲਾਦ ਕਿਉਂ ਨਾ ਹੋਣ, ਪਰ ਹੁੰਦੇ ਨੰਗੇ ਨੇ। ਚਲਾ ਚੱਲੀਏ। ਚਲੋ ਬਾਈ। ਉਹ ਗਾਂਧੀ ਬਾਈ ਹਰੇਕ ਨਾਲ ਪੰਗਾ ਲੈ ਕੇ ਬਹਿ ਜਾਣਾ, ਮੂਹਰੇ ਤਾਂ ਦੇਖ ਲਿਆ ਕਰ ਕੌਣ ਆ। ਕੌਣ ਸੀ ਇਹ? ਸੀ ਆਰ ਹੈ। ਅੱਛਾ, ਇਹ ਸੀ ਸੀ ਆਰ। ਪਿੰਡ ਕਿਹੜਾ ਇਹਦਾ? ਬਹੂ ਮਾਜਰਾ ਹੈ। ਪੱਲੇ ਪੱਲੇ ਪੱਲੇ, ਓਏ ਅਖਬਾਰ 'ਚ ਖਬਰ ਲੱਗੀ ਆ। ਓਏ ਅਖਬਾਰ 'ਚ ਖਬਰਾਂ ਹੀ ਲੱਗਦੀਆਂ ਹੁੰਦੀਆਂ, ਹੋਰ ਸਾਡਾ ਟੋਡੇ ਲੱਗਦੇ ਹੁੰਦੇ ਨੇ। ਓਏ ਆਪਣੀ ਲੱਗੀ ਹੈ, ਜਿਹੜਾ ਪਹਿਲਵਾਨਾਂ ਤੋਂ ਕੇਬਲ ਦਾ ਕਬਜ਼ਾ ਨਹੀਂ ਛੁਡਾਇਆ ਦੀ ਖੰਨੇ। ਓਹੋ, ਉਰੇ ਦਿਖਾਈ। ਵਾਹ, ਇਹ ਤਾਂ ਕਮਾਲ ਹੀ ਹੋ ਗਈ। ਉਹ ਕਮਾਲ ਤਾਂ ਕੁੜੀ ਕਰੀ ਜਾਂਦੀ ਹੈ। ਓਏ ਤੈਨੂੰ ਕਿੰਨੀ ਵਾਰ ਕਿਹਾ ਤੂੰ ਕੁੜੀਆਂ ਦੀ ਗੱਲ ਨਾ ਕਰਿਆ ਕਰ। ਉਹ ਬਾਈ ਯਾਰ, ਘੱਗਰੇ ਚੋਲੀ ਵਾਲੀ ਕੁੜੀ ਦੀ ਗੱਲ ਨਹੀਂ ਕਰ ਰਿਹਾ, ਉਹ ਮੈਂ ਤਾਂ ਗੋਲੀ ਚਲਾਉਣ ਵਾਲੀ ਕੁੜੀ ਦੀ ਗੱਲ ਕਰ ਰਿਹਾ। ਆ ਦੇਖ ਉਰੇ ਫੜਾ ਯਾਰ, ਤੈਨੂੰ ਕਿੱਥੇ ਪੜ੍ਹਨਾ ਆਉਂਦਾ। ਲਿਖਿਆ ਬਾਈ, ਕੁੜੀ ਨੇ ਗੋਲੀ ਚਲਾ ਕੇ ਮੁੰਡਿਆਂ ਨੂੰ ਮੂਹਰੇ ਲਾ ਲਿਆ। ਲੈ ਬਾਈ, ਹੁਣ ਤਾਂ ਕੁੜੀਆਂ ਵੀ ਆਪਣੇ ਵਾਲੇ ਕੰਮ ਕਰਨ ਲੱਗ ਗਈਆਂ ਹੈ। ਸ਼ਾਬਾਸ਼ ਬਾਈ, ਇੱਕ ਗੱਲ ਹੋਰ ਹੈ, ਹੁਣ ਤਾਂ ਆਪਣੇ ਵੀ ਕੁੜੀਆਂ ਨਾਲ ਜੱਫੇ ਪਿਆ ਸਾਹਮਣੇ। ਕੰਜਰ ਦਿਆ, ਤੈਨੂੰ ਤਾਂ ਕੁੜੀਆਂ ਵੀ ਢਾ ਲਿਆ ਕਰਨਗੀਆਂ। ਓ ਹੈਲੋ, ਹੈ ਕੌਣ ਤੂੰ? ਪੋਸਟਰ ਕਿਉਂ ਪਾੜਿਆ? ਅੱਛਾ, ਕੀ ਹੋ ਗਿਆ ਪਿੰਕੀ, ਕੀ ਗੱਲ ਹੋ ਗਈ? ਪੋਸਟਰ ਪਾੜਿਆ ਆਪਣੀ ਪਾਰਟੀ ਤੇ। ਓਏ, ਤੇਰੀ ਹਿੰਮਤ ਕਿਵੇਂ ਹੋਈ ਪੋਸਟਰ ਨੂੰ ਹੱਥ ਲਾਉਣ ਦੀ?
ਚਿਪ ਗਿਆ ਜੀ। ਅੱਛਾ ਓ ਫੈਵੀਕੋਲ ਲਾਉਣਾ ਪਊ। ਫੜ ਜਾ ਤੇਰੀ ਤਾਂ, ਮੈਂ ਦੱਸਦੀ ਆ ਪੋਸਟਰ ਫਾੜਨ ਦਾ ਪਤਾ। ਓ ਭਾਈ ਓ ਭਾਈ ਚਲਾ, ਉਹ ਕੁੜੀਆਂ ਪੈ ਗਈਆਂ ਮੈਨੂੰ। ਤੂੰ ਫੇਰ ਕੁੜੀ ਛੱਡ ਗਿਆ? ਨਾ, ਉਹ ਤਾਂ ਪਹਿਲਾਂ ਹੀ ਛੁੱਟੀਆਂ ਹੋਈਆਂ ਨੇ। ਇੱਧਰ ਆ ਚਿੰਪੈਂਜ਼ੀ ਜਿਹਾ, ਤੇਰੀ ਹਿੰਮਤ ਕਿਵੇਂ ਹੋਈ ਸਾਡੀ ਪਾਰਟੀ ਦੇ ਪੋਸਟਰ ਫਾੜਨ ਦੀ? ਤੇਰਾ ਨਾਮ ਕਿਵੇਂ ਪਤਾ ਇਹਨੂੰ? ਬਾਹਰ ਨਿਕਲ ਹੁਣ, ਪਿੱਛੇ ਕਿਉਂ ਲੁਕੀ ਜਾਣਾ? ਚੱਲ, ਡਰਦਾ ਕਿਉਂ ਹੈ, ਗੱਲ ਕਰ। ਦੇਖੋ ਜੀ, ਗੱਲ ਸੁਣੋ ਮੇਰੀ। ਗਾਂਧੀ ਗਰੁੱਪ ਦਾ ਇੱਕ ਅਸੂਲ ਹੈ ਕਿ ਔਰਤਾਂ ਦੇ ਕਦੇ ਹੱਥ ਨਹੀਂ ਚੱਕਦੇ। ਤੁਹਾਡਾ ਵੀ ਕੋਈ ਅਸੂਲ ਬਣਦਾ ਕਿ ਨਹੀਂ? ਨਾਲੇ ਬਹੁਤ ਇੱਜ਼ਤ ਆ ਮੇਰੀ ਗਾਂਧੀ ਗਰੁੱਪ 'ਚ। ਚਾਹੇ ਗਾਂਧੀ ਬਾਈ ਨੂੰ ਪੁੱਛ ਲਓ। ਬਾਈ ਦੱਸੀ ਮਾੜਾ ਗਿਆ। ਓਏ ਦੱਸਤਾ ਸਹੀ, ਓਏ ਉਹ ਗਲਤ ਕਰ। ਮੈਂ ਚਲੋ ਚਲੋ ਆ ਕੀ ਉਹ ਸਾਡੇ ਪੋਸਟਰ ਪਾੜ ਕੇ ਚਲੇ ਗਏ ਤੇ ਤੂੰ ਕੁਛ ਕਿਹਾ ਹੀ ਨਹੀਂ। ਸੁਣਿਆ ਨੀ ਉਸਨੇ ਕੀ ਕਿਹਾ? ਗਾਂਧੀ ਫਿਰ ਕੀ, ਫਿਰ ਚੱਕਤੇ ਫੱਟੇ। ਬਾਈ ਅੱਜ ਭੋਲੇ ਦੀ ਬੋਲਤੀ ਕਿਉਂ ਬੰਦਾ? ਜਿਹਦੇ ਹਲਕ ਨੂੰ ਮੌਤ ਦੀ ਮਤਲਬ ਪਸਤੌਲ ਦੀ ਨਾਲ ਹੀ ਲੱਗੀ ਹੋਵੇ, ਉਹਦੀ ਤਾਂ ਆਪੇ ਬੰਦ ਹੋਣੀ ਹੈ। ਕਿਉਂ ਬੋਲੇ? ਇਹੋ ਜਿਹਾ ਕੀ ਹੋ ਗਿਆ ਬਾਈ? ਇਹਦੋ ਹੀ ਪੁੱਛ ਲੈ। ਲੋਕ ਤਾਂ ਮੌਤ ਦੇ ਮੂੰਹ ਚ ਮੁੜਦੇ ਨੇ, ਮੌਤ ਮੇਰੇ ਮੂੰਹ ਚ ਮੁੜੀ ਆ। ਤੂੰ ਵੀ ਤਾਂ ਸਾਲਿਆ ਛਾਲਾ ਮਾਰ ਮਾਰ ਜੀਪ ਚ ਬਹਿੰਦਾ ਸੀ। ਇਹੋ ਜਿਹੀ ਗੱਲ ਨੀ ਬਾਈ, ਵੈਸੇ ਸਟੈਲੋ ਨੇ ਹੱਥ ਤਾਂ ਤੇਰਾ ਵੀ ਫੜ ਲਿਆ ਸੀ। ਉਹ ਯਾਰ ਬਾਕੀ ਗੱਲ ਤਾਂ ਠੀਕ ਹੈ, ਪਰ ਆ ਸਟੈਲੋ ਕੌਣ ਹੈ? ਮਾਈਸੈਲਫ ਸਟੈਲੋ ਕੌਰ, ਨਹੀਂ ਸਤਵਿੰਦਰ ਕੌਰ। ਸਹੀ ਕਹਿੰਦਾ ਸੀ ਉਹ, ਕੁੜੀਆਂ ਤਾਂ ਐਵੇਂ ਫੱਬਦੀਆਂ ਨੇ। ਓਏ ਹੋਏ, ਉਹਦੇ ਇੱਕ ਵਾਰੀ ਕਹਿਣ ਤੇ ਸੂਟ ਪਾ ਲਿਓ। ਨੀ ਮੈਂ ਲੱਗੀਆਂ ਦੇ ਬੋਲ ਪੁਗਾਵਾਂ ਜੇ, ਇੱਕ ਵਾਰੀ ਕਹਿ ਦੇ ਹੱਸ ਕੇ। ਤੂੰ ਤਾਂ ਐਵੇਂ ਕੰਬਲੀ ਹੋਈ ਫਿਰਦੀ ਹੈ। ਮੈਂ ਸੁਣਿਆ ਉਹ ਹਰ ਕੁੜੀ ਨੂੰ ਭੈਣ ਕਹਿ ਦਿੰਦਾ, ਜੇ ਕਿਤੇ ਤੈਨੂੰ ਵੀ। ਗੋਲੀ ਨਾ ਮਾਰ ਦੂੰਗੀ ਉਹਨੂੰ। ਲੈ ਆ ਗਈ ਸਤਵਿੰਦਰ ਕੌਰ ਤੋਂ ਫੇਰ ਸਟੈਲੋ। ਜੇ ਐਨੀ ਤੜਪ ਹੈ ਗੱਲ ਕਰਨ ਦੀ ਤਾਂ ਗੱਲ ਕਿਉਂ ਨੀ ਕਰ ਲੈਂਦੀ ਉਹਦੇ ਨਾਲ? ਲੈ ਕਰ ਲੈ ਗੱਲ, ਲੈ ਲਿਆ ਸੀ ਨੰਬਰ ਤੇਰੇ ਲਈ। ਉਹ ਇਹ ਜੀ ਗੱਲ ਨੀ, ਪਿੰਕੀ ਪਿੱਛੇ ਤਾਂ ਮੈਂ ਆਪਣੀ ਜਾਨ ਵੀ ਦੇ ਦੂੰ। ਤੂੰ ਤੂੰ ਤਾਂ ਕਿਸੇ ਨੂੰ ਜਰਦੇ ਦੀ ਚੂੰਡੀ ਨੀ ਦਿੰਦਾ, ਸਾਲਾ ਜਾਨ ਕਿੱਥੋਂ ਦੇਵੇਂਗਾ? ਕਿੱਥੇ ਵੱਜੀ ਜਾਂਦਾ? ਹੈਲੋ, ਕੌਣ? ਚਿੰਪੈਂਜ਼ੀ? ਹਾਂਜੀ ਹਾਂਜੀ। ਬਾਈ ਕਿੱਥੇ ਤੇਰਾ? ਇੱਥੇ ਹੀ ਹੈ। ਕਰਾ ਫਿਰ ਗੱਲ। ਕਰਾ ਦਿੰਦਾ ਬਾਈ, ਫੋਨ ਹੈ ਤੇਰਾ। ਕੌਣ ਹੈ? ਤੂੰ ਹੀ ਪੁੱਛ ਲੈ। ਹੈਲੋ। ਹੈਲੋ ਜੀ, ਤੁਹਾਨੂੰ ਮੇਰਾ ਨੰਬਰ ਕਿਹਨੇ ਦਿੱਤਾ? ਜਿਨ੍ਹਾਂ ਨੇ ਗੱਲ ਕਰਨੀ ਹੁੰਦੀ ਹੈ ਨੰਬਰ ਤਾਂ ਉਹ ਆਪੇ ਹੀ ਲੱਭ ਲੈਂਦੇ ਨੇ। ਵੈਸੇ ਕੱਲ ਤੁਸੀਂ ਮਿਲਣ ਬਾਰੇ ਕੁਝ ਸੋਚਿਆ? ਤੁਹਾਨੂੰ ਇੱਕ ਵਾਰ ਕਹੀ ਗੱਲ ਸਮਝ ਨਹੀਂ ਆਉਂਦੀ ਸ਼ਾਇਦ। ਮੈਂ ਫੇਰ ਵੀ ਨਾ ਲੇਕ ਦੇ ਉੱਪਰ ਵਾਲੇ ਗਾਰਡਨ 'ਚ ਤੁਹਾਡਾ ਇੰਤਜ਼ਾਰ ਕਰੂੰਗੀ।
ਮੈਂ ਤੁਹਾਨੂੰ ਇੱਕ ਵਾਰ ਕਹਿਤਾ ਨਾ ਕਿ ਕਦੇ ਨਹੀਂ। ਮਿਸਟਰ ਰੁਪਿੰਦਰ ਗਾਂਧੀ, ਤੈਨੂੰ ਸ਼ਾਇਦ ਪਤਾ ਨਹੀਂ ਕਿ ਲੋਕੀ ਮੈਨੂੰ ਮੋਗੇ ਵਾਲੀ ਵੈਲਣ ਦੇ ਨਾਮ ਨਾਲ ਜਾਣਦੇ ਨੇ, ਤੇ ਜੇ ਤੂੰ ਕੱਲ ਨਾ ਆਇਆ ਨਾ, ਇਹ ਵੈਲਣ ਤੇਰੇ ਘਰ ਪਹੁੰਚ ਜੂਗੀ। ਰਸੁਲੜਾ ਪਿੰਡ ਹੈ ਨਾ ਤੇਰਾ? ਠੀਕ ਹੈ, ਕੱਲ ਮਿਲਦੇ ਹਾਂ। ਪਿੰਕੀ ਕੱਲੀ ਆ ਓਏ, ਮੈਂ ਜਾ ਕੇ ਆਉਣਾ, ਮਗਰ ਨਾ ਆ ਜਾ ਕੋਈ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆ ਨਾ ਜੀ, ਕਾਮਯਾਬ ਬੰਦੇ ਪਿੱਛੇ ਨਾ ਔਰਤ ਦਾ ਹੱਥ ਹੁੰਦਾ। ਮੈਨੂੰ ਪੱਕਾ ਪਤਾ ਜੀ, ਤੁਸੀਂ ਮੈਨੂੰ ਬਹੁਤ ਕਾਮਯਾਬ ਕਰੋਗੇ। ਰਾਤੀ ਮੈਨੂੰ ਨਾ ਇੱਕ ਸੁਪਨਾ ਆਇਆ ਜੀ, ਆਪਾਂ ਦੋਵੇਂ ਪਾਰਕ 'ਚ ਬੈਠੇ, ਉੱਥੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਆ, ਮੀਂਹ ਹਲਕਾ ਹਲਕਾ ਪੈ ਰਿਹਾ, ਮੇਰੀ ਜੇਬ 'ਚੋਂ ਜਰਦਾ ਡਿੱਗ ਗਿਆ, ਤੁਸੀਂ ਚੱਕ ਕੇ ਭੱਜ ਲਏ ਜੀ, ਮੈਂ ਪਿੱਛੇ ਪਿੱਛੇ ਜਾ ਰਿਹਾ। ਗਾਂਧੀ ਭਾਈ ਗੱਲ ਕਹਾਂ, ਤੂੰ ਵੀ ਕਮਾਲ ਦਾ ਬੰਦਾ, ਸੋਹਣੀਆਂ ਸੋਹਣੀਆਂ ਕੁੜੀਆਂ ਦੇ ਦਿਲ ਤੋੜਨ ਲੱਗਿਆ ਨਾ, ਮਿੰਟ ਲਾਉਣਾ। ਉਹ ਤੂੰ ਬਸ ਕਰ, ਮੈਂ ਤਾਂ ਕਹਿੰਦਾ ਕੁੜੀਆਂ ਨਾਲ ਹੋਣਾ ਹੀ ਐ ਚਾਹੀਦਾ। ਜਿਹੜਾ ਬੰਦਾ ਪਿਆਰ ਦੀ ਕਦਰ ਨਹੀਂ ਨਾ ਕਰਦਾ, ਉਹਦੇ ਤਾਂ ਫਿਰਦੀਆਂ ਨੇ ਮਗਰ ਮਗਰ। ਜਿਹੜਾ ਮੇਰੇ ਵਰਗਾ ਵਿਚਾਰਾ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਭਰਿਆ ਹੋਇਆ, ਉਹਦੇ ਕੰਨੀ ਤਾਂ ਇਹ ਝਾਕਦੀਆਂ ਵੀ ਨਹੀਂ। ਉਹ ਤੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਪਿਆਰ ਨਾਲ ਨਹੀਂ, ਜੱਤ ਨਾਲ ਭਰਿਆ ਹੋਇਆ, ਤਾਂ ਹੀ ਤਾਂ ਲੋਕ ਤੈਨੂੰ ਚਿੰਪਾਂਜੀ ਕਹਿੰਦੇ ਨੇ। ਬਸ ਕਰ ਓਏ, ਜ਼ਿਆਦਾ ਜਬਲੀਆਂ ਨਾ ਮਾਰ, ਗਾਂ ਦੇਖ ਕੇ ਗੱਡੀ ਚਲਾ, ਐਵੇਂ ਨਾ ਠੋਕ ਦੀ ਕਿਸੇ 'ਚ। ਉਹ ਪਰਵਾਹ ਨਾ ਕਰ ਬਾਈ, ਤੇਰਾ ਭਾਈ ਤਾਂ ਅੱਖਾਂ ਬੰਦ ਕਰਕੇ ਗੱਡੀ ਚਲਾ ਲੈਂਦਾ, ਮਜਾਲ ਆ ਗੱਡੀ ਠੁੱਕ ਜੇ। ਕਰਤਾ ਨਾ ਉਹੀ ਕੰਮ। ਉਹ ਬਾਈ ਜੀ, ਸੱਟ ਤਾਂ ਨੀ ਲੱਗੀ? ਓਏ ਨਾਨਾ, ਉਹ ਤਾਂ ਮੈਂ ਵੈਸੇ ਸਕੂਟਰ ਸੜਕ ਤੇ ਲੇਟਾ ਦਿੱਤਾ ਸੀ, ਤੇ ਆਪਣੀ ਜਨਾਨੀ ਨਾਲ ਇੱਥੇ ਸੜਕ ਤੇ ਲੇਟ ਕੇ ਸਨ ਬਾਥ ਲੈ ਰਿਹਾ ਸੀ। ਤੁਹਾਡੀਆਂ ਅੱਖਾਂ ਨੇ ਕਿ ਟਿੱਚ ਵਟਨ? ਓ ਬਾਈ ਜੀ, ਅਸੀਂ ਜਾਣ ਕੇ ਟੱਕਰ ਨਹੀਂ ਮਾਰੀ, ਗਲਤੀ ਨਾਲ ਲੱਗੀ। ਓ ਮੈਂ ਜਾਣਨਾ ਤੁਹਾਨੂੰ ਲੰਡਰਾਂ ਨੂੰ, ਜਿੱਥੇ ਸੋਹਣੀ ਜਨਾਨੀ ਵੇਖੀ ਨਹੀਂ ਤੇ ਆ ਕੇ ਵਿੱਚ ਵੱਜ ਜਾ। ਸੋਹਣੀ ਜਨਾਨੀ ਇਹੋਕੇ ਨਾ ਮਰੂਤੀ ਕਹਿ ਰਿਹਾ, ਮੈਂ ਤੁਹਾਨੂੰ ਸਾਰਿਆਂ ਨੂੰ ਪੁਲਿਸ ਨੂੰ ਫੜਾ ਦੇਣਾ, ਤੁਸੀਂ ਹਲੇ ਜਾਣਦੇ ਨੀ ਮੈਨੂੰ। ਛੱਡੋ ਬਾਈ, ਕੀ ਰੱਖਿਆ ਲੜਾਈ 'ਚ? ਓਏ ਹੱਥ ਪਰੇ ਕਰਕੇ ਗੱਲ ਕਰ, ਇਹ ਬਦਮਾਸ਼ੀ ਬਦਮੂਸੀ ਕਿਸੇ ਹੋਰ ਨੂੰ ਦਿਖਾਣਾ? ਗਾਂਧੀ ਨੂੰ ਜਾਣਦੇ ਹੋ? ਗਾਂਧੀ ਨੂੰ? ਹਾਂਜੀ ਬਾਈ, ਜਾਣਦੇ ਆ। ਹੈ ਭਰਾ ਲੱਗਦਾ ਹੀ ਆਪਣਾ। ਓ ਅੱਛਾ ਅੱਛਾ ਅੱਛਾ, ਲੈ ਲਿਆ। ਬਾਈ ਜੀ, ਇੱਕ ਬੇਨਤੀ ਹੈ ਜੀ, ਹੱਥ ਜੋੜ ਕੇ ਬਾਈ, ਗਾਂਧੀ ਬਾਈ ਨੂੰ ਨਾ ਦੱਸਿਓ। ਓਏ ਮਾਫੀ ਮੰਗੋ ਬਾਈ ਤੋਂ, ਮਾਫ਼ ਕਰ ਦਿਓ ਜੀ। ਹੁਣ ਆਏ ਨਾ ਲਾਈਨ ਤੇ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ। ਮੈਂ ਤਾਂ ਹੈਰਾਨ ਆ, ਕਿ ਤੁਹਾਡੇ ਤੋਂ ਕਿਵੇਂ ਡਰ ਗਏ? ਤੈਨੂੰ ਕੀ ਲੱਗਦਾ, ਜੇ ਤੂੰ ਨਹੀਂ ਡਰਦੀ ਤਾਂ ਕੋਈ ਨਹੀਂ ਡਰਦਾ? ਓਏ ਸਾਡਾ ਨਾਂ ਚੱਲਦਾ ਹੀ, ਬੈਠ ਸਕੂਟਰ ਤੇ। ਓਹੋ, ਕੀ ਗੱਲ ਹੋ ਗਈ, ਸੱਟ ਸੁੱਟ ਤਾਂ ਨਹੀਂ ਲੱਗੀ? ਓਏ ਹੋਇਆ ਕੀ ਸੀ? ਉਹ ਹੋਣਾ ਕੀ ਹੈ ਜਨਾਬ, ਇੱਕ ਤੇ ਮੇਰੀ ਗੱਡੀ ਬੰਨਤੀ, ਅੱਛਾ ਉੱਤੋਂ ਇੰਨੀ ਸੋਹਣੀ ਨੱਡੀ ਬੰਨਤੀ, ਤੇ ਉੱਤੋਂ ਅੱਖਾਂ ਪਏ ਕਰਦੇ ਆ। ਕੋਈ ਨੀ, ਦੇਖਦਾ ਮੈਂ ਇਹਨਾਂ ਨੂੰ। ਸਲਾ ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ 'ਚ ਮਿਲਦਾ ਹੋਵੇ, ਬੜੇ ਨਜ਼ਾਰੇ ਹੀ ਲਿਆਉਂਦੇ ਪਏ ਨੇ। ਗਾਂਧੀ ਬਾਈ, ਤੂੰ ਵੀ ਕਮਾਲ ਦਾ ਬੰਦਾ, ਸਾਡੇ ਨਾਲ ਹੀ ਜੇਲ੍ਹ 'ਚ ਆ ਗਏ। ਸਾਲਿਓ ਹੱਡਾਂ 'ਚ ਤਾਂ ਬੈਠੇ ਪਏ ਹੋ, ਜਿੱਥੇ ਮੇਰੇ ਯਾਰ ਉੱਥੇ ਮੈਂ। ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ, ਪੁਲਿਸ ਨੂੰ ਆਪਣਾ
ਪਤਾ ਕਿਵੇਂ ਲੱਗਿਆ? ਮੇਰੇ ਮੂੰਹ ਚੋਂ ਨਿਕਲ ਗਿਆ ਸੀ। ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ? ਉਹ ਮੈਂ ਐਸ ਆਈ ਦਾ ਪਸਤੌਲ ਮੋੜਨ ਥਾਣੇ ਗਿਆ, ਉਹਨਾਂ ਨੇ ਮੈਨੂੰ ਹੀ ਰੱਖ ਲਿਆ। ਓਏ ਹੁਣ ਇੱਥੋਂ ਕਿਵੇਂ ਨਿਕਲੀਏ? ਜੇ ਪਿੰਡਾਂ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਗਿਆੜ। ਓਹੋ, ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ। ਚਲੋ ਬਈ ਮੁੰਡਿਓ, ਜ਼ਮਾਨਤ ਹੋ ਗਈ ਤੁਹਾਡੀ। ਦੇਖ ਲੈ, ਵੈਸੇ ਪੈਸੇ ਦਾ ਵੀ ਅੱਜ ਕੱਲ੍ਹ ਕੁਛ ਨਹੀਂ ਬਣਦਾ। ਆਹ ਥੋੜ੍ਹੇ ਜਿਹੇ ਸਮਾਨ 'ਤੇ ਕਿੰਨੇ ਡਾਲਰ ਖਰਚ ਹੋ ਗਏ? ਮੈਨੂੰ ਮੇਰੇ ਹਿੱਸੇ ਦੇ ਪੈਸੇ ਦੱਸ ਦਿਓ। ਕਮਲੀ ਹੋਈ ਹੈ, ਤੇਰਾ ਮੇਰਾ ਕੁਛ ਵੰਡਿਆ ਹੋਇਆ ਹੁਣ? ਨਾ ਨਾ ਬੁੱਗੀ, ਇੱਦਾਂ ਦੀ ਗੱਲ ਨਾ ਕਰੀ ਮੇਰੇ ਸਾਹਮਣੇ। ਬਸ ਤੂੰ ਆਹ ਭਾਈ ਨੂੰ ਕਹਿ ਬਿੱਲ ਦੇ ਜੂਗਾ। ਭਾਈ ਨੂੰ ਮੈਂ ਇੱਥੇ ਕੁਲਫੀਆਂ ਵੇਚਦਾ। ਮਾਲਕ ਹੈ ਇਸ ਰੈਸਟੋਰੈਂਟ ਦਾ। ਸਵੀਟੀ, ਯੈਸ ਸਰ, ਬਿੱਲ ਪਲੀਜ਼। ਸ਼ੋਰ ਸਰ। ਸੁਣੇ ਭਾਈ ਨੇ ਸਰ, ਸੋਰੀ, ਐਕਸਕਿਊਜ਼ ਮੀ ਸਰ। ਹਾਂਜੀ ਸਰ, ਮੇਰੀ ਵਾਈਫ ਨੂੰ ਕੰਮ ਚਾਹੀਦਾ ਸੀਗਾ ਜੀ, ਅਗਰ ਤੁਹਾਡੇ ਰੈਸਟੋਰੈਂਟ ਤੇ ਹੋਵੇ ਤਾਂ ਜੀ। ਸਤਿ ਸ਼੍ਰੀ ਅਕਾਲ। ਕੁੜੀ ਨੇ ਆਈਲੈਟਸ ਕੀਤੀ ਹੈ ਤੇ ਤੇਰੇ ਪਿਓ ਨੇ ਪੈਸੇ ਲਾਏ? ਹਾਂਜੀ ਸਰ, ਤੁਹਾਨੂੰ ਕਿਹਨੇ ਦੱਸਿਆ ਜੀ? ਤੇਰੀ ਸ਼ਕਲ ਨੇ ਦੱਸਿਆ। ਨਹੀਂ ਸਰ, ਐਸੀ ਕੋਈ ਗੱਲ ਨਹੀਂ ਜੀ, ਸਾਡਾ ਅਸਲੀ ਵਿਆਹ ਹੋ ਜੀ ਬਾਜੇ ਗਾਜੇ ਨਾਲ। ਉਹ ਆ ਜਾ ਹੁਣ, ਕਿ ਇਹਨਾਂ ਮਾਵਾਂ ਦੇ ਸਰਾਣੇ ਖੜਾ ਰਹੇਗਾ। ਅਸਲੀ ਇਹੀ ਚੀਜ਼ਾਂ ਹੁੰਦੀਆਂ। ਆਇਆ ਜੀ ਆਇਆ। ਕੋਈ ਗੱਲ ਨਹੀਂ ਬੇਟਾ, ਸਾਨੂੰ ਥੋੜੇ ਜਿਹੇ ਹੋਰ ਸਟਾਫ ਦੀ ਲੋੜ ਹੈ, ਤੁਸੀਂ ਕੱਲ ਤੋਂ ਆ ਜਾਓ ਕੰਮ ਤੇ। ਓਕੇ ਓਕੇ, ਥੈਂਕ ਯੂ ਸਰ। ਥੈਂਕ ਯੂ ਸਰ। ਹੁਣ ਆਇਆ ਲੈਣ ਤੇ। ਓਹੋ, ਕੀ ਹੋ ਗਿਆ ਸਰ? ਇਹ ਚੋਰੀ ਕਰਦਾ ਸੀ, ਇਹਨੇ ਕਾਊਂਟਰ ਤੋਂ ਪੈਸੇ ਕੱਢੇ ਆ। ਕੋਈ ਗੱਲ ਨਹੀਂ ਪੁੱਤ, ਇਹ ਮੇਰੀ ਔਲਾਦ ਹੈ। ਐ ਸਮਝ ਲੈ ਕਿ ਸਾਰੇ ਦਿਨ 'ਚ ਜਿੰਨਾ ਮੈਂ ਕਮਾਉਂਦਾ ਹੈ ਨਾ, ਉਹਦੇ 'ਚ ਦਸੌਣ ਤਾਂ ਇਹਨੇ ਕੱਢਣਾ ਹੀ ਕੱਢਣਾ ਹੁੰਦਾ। ਉਹ ਪੈਸੇ ਕੀ ਛਾਤੀ ਦੇ ਧਰ ਕੇ ਲੈ ਕੇ ਜਾਣੇ ਆ? ਜਵਾਕ ਨੂੰ ਐਸ਼ ਕਰਨ ਦੇ ਚਾਰ ਦਿਨ। ਸੁਣਿਆ ਤੂੰ, ਇਹ ਐਸੇ ਫੈਕਟਰੀ ਦਾ ਪ੍ਰੋਡਕਟ ਹੈ। ਸੌਰੀ, ਮੈਨੂੰ ਪਤਾ ਨਹੀਂ ਸੀ। ਇਟਸ ਓਕੇ, ਮੈਂ ਤਾਂ ਹੈਰਾਨ ਹਾਂ ਕਿ ਤੁਸੀਂ ਆਪਣੀ ਜੌਬ ਕਿੰਨੀ ਇਮਾਨਦਾਰੀ ਨਾਲ ਕਰ ਰਹੇ ਹੋ ਨਾ। ਵੈਰੀ ਨਾਈਸ, ਥੈਂਕ ਯੂ। ਕਿੰਨੀ ਸੋਹਣੀ ਹੋਵੇ। ਇਹ ਵਿਆਹੀ ਹੋਈ ਹੈ, ਇਹਨੂੰ ਤਾਂ ਛੱਡ ਦੇ। ਇੰਨੀ ਛੋਟੀ ਉਮਰ 'ਚ ਵਿਆਹ? ਵੈਸੇ ਤੇ ਤੂੰ ਪੁੱਛ ਕੇ ਕਰਨਾ ਚਾਹੀਦਾ ਸੀ। ਮਾਰਨਿੰਗ ਬਿਲਕੁਲ, ਮੈਨੂੰ ਤਾਂ ਕਦੇ ਨਹੀਂ ਬੁਲਾਈ, ਗੁੱਡ ਮਾਰਨਿੰਗ ਨਾਲੇ ਕੁਛ ਹੋਰ। ਤੁਸੀਂ ਵੀ ਜਾਓ ਜਾਓ, ਸ਼ਾਬਾਸ਼, ਜਾਓ ਜਾਓ, ਬਖਸ਼ੋ। ਕੁਛ ਤੁਹਾਨੂੰ ਦੱਸ ਦਿੰਦੀ। ਠੀਕ ਆ, ਆ ਦੇਖ ਲੈ ਆਪਣੇ ਲਾਟ ਸਾਹਿਬ ਤੇ ਲੱਛਣ, ਕੋਈ ਸ਼ਰਮ ਹਿਆ ਨਹੀਂ ਹੈ ਇਹਨੂੰ। ਕਾਫੀ ਸਵਾਦ ਬਣੀ ਨਾ। ਤੂੰ ਕਹਿੰਦੀ ਹੈ ਤੇਰਾ ਪੁੱਤ ਤੇਰੇ ਤੇ ਗਿਆ ਹੈ। ਅੱਛਾ ਐਂ ਦੱਸ, ਕਿਤੇ ਤੂੰ ਤਾਂ ਨਹੀਂ ਇਹ ਜੇ ਕੰਮ ਕਰਦੀ ਰਹੀ ਜਵਾਨੀ 'ਚ? ਉਹ ਸ਼ਰਮ ਕਰ ਲੈ, ਬੁਢਾਪੇ ਵੇਲੇ ਹੁਣ ਜਵਾਨੀ ਦਾ ਹਿਸਾਬ ਮੰਗ ਰਿਹਾ, ਸ਼ਰਮ ਨਹੀਂ ਆਉਂਦੀ ਤੈਨੂੰ? ਲੈ ਫੜ ਕੁੜੇ। ਸੋਰੀ ਯਾਰ, ਉਦਣ ਉਹ ਤੁਹਾਡੇ ਹਸਬੈਂਡ ਨੂੰ ਅੰਕਲ ਕਿਹਾ ਹੋ ਗਿਆ ਨਾ। ਵੈਸੇ ਤੁਹਾਨੂੰ ਪਤਾ
ਡਿਵੋਰਸ ਤਾਂ ਆਰਾਮ ਨਾਲ ਮਿਲ ਜਾਂਦਾ ਇਸ ਕੰਟਰੀ ਦੇ ਵਿੱਚ। ਮਤਲਬ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ। ਨਾ 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 ਨਾ, ਬੰਦਾ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂ ਸਕਦਾ। ਜੇ ਕੋਈ ਨਹੀਂ ਪਸੰਦ ਤਾਂ ਉਹਨੂੰ ਡਿਵੋਰਸ ਦੇ ਦਿਓ ਅਤੇ ਨਵਾਂ ਲੱਭ ਲਓ। ਓਏ ਬਾਪੂ ਕਿੱਥੋਂ ਆ ਗਿਆ। ਹਾਂਜੀ ਡੈਡ। ਅੱਛਾ, ਸੱਚੀ ਇੰਨਾ ਸੌਖਾ ਹੁੰਦਾ ਹੈ ਡਾਇਵੋਰਸ ਲੈਣਾ? ਮੈਨੂੰ ਦਵਾ ਦੇ ਆਪਣੀ ਮਾਂ ਤੋਂ, ਕਾਹਨੂੰ ਲੱਗਿਆ ਕੁੜੀ ਦਾ ਘਰ ਬਰਬਾਦ ਕਰਨ। ਦੂਸਰੇ ਦੇ ਢਿੱਡ 'ਤੇ ਲੱਤ ਨਹੀਂ ਮਾਰੀ ਦੀ ਹੁੰਦੀ ਪੁੱਤ, ਇਹ ਪਾਪ ਹੁੰਦਾ। ਨਾਲੇ ਜਿਹਦੇ ਮਾਰ ਰਿਹਾ ਉਹਦਾ ਤਾਂ ਸੁੱਖ ਨਾਲ ਢਿੱਡ ਵੀ ਬਹੁਤ ਬੜਾ ਹੈ। ਓ ਯਾਰ ਡੈਡ, ਗੱਲਾਂ ਕਰ ਰਿਹਾ, ਗੱਲਾਂ ਕਰਨ ਨਾਲ ਵੀ ਕਦੇ ਕੁਛ ਹੋਇਆ? ਛੋਟੀ ਸੋਚ ਮੋਟਾ ਦਿਮਾਗ। ਨਵਾਂ ਮੁੰਡਾ ਰੱਖ ਲਿਆ ਕੰਮ ਤੇ, ਪੈਸੇ ਅੱਕਾਂ ਨੂੰ ਲੱਗਦੇ ਆ। ਨਾਲੇ ਇੰਨੇ ਤਾਂ ਆਪਣੇ ਕਸਟਮਰ ਨਹੀਂ ਆਉਂਦੇ ਜਿੰਨੇ ਵੇਟਰ ਹੋਏ ਫਿਰਦੇ ਆ। ਉਹ ਕੁੜੀ ਨੂੰ ਤਾਂ ਤੂੰ ਕੰਮ ਕਰਨ ਨਹੀਂ ਦਿੰਦਾ। ਓ ਯਾਰ, ਉਹ ਤਾਂ ਹੋ ਗਈ ਬੇਚਾਰੀ ਤੇਰੇ ਮਨੋਰੰਜਨ ਲਈ। ਮੈਂ ਪੁੱਤ ਸਟਾਫ ਵੀ ਪੂਰਾ ਕਰਨਾ ਹੈ ਕਿ ਸਾਰੀ ਉਮਰ ਮੈਂ ਹੀ ਗੋਲਾ ਲੱਗਿਆ ਰਹਾਂ ਤੁਹਾਡਾ? ਪੁੱਤ ਤੂੰ ਮੁੰਡੇ ਤੋਂ ਕੀ ਲੈਣਾ, ਘੁੰਮ ਫਿਰ ਇੰਜੋਏ ਕਰ ਮੇਰਾ ਸ਼ੇਰ। ਲੈ, ਲਵ ਯੂ ਮਾਂ। ਸ਼ਾਬਾਸ਼ੇ ਸ਼ਾਬਾਸ਼ੇ, ਹੋਰ ਦੇ ਪੁੱਠੀਆਂ ਮੱਤਾਂ ਇਹਨੂੰ। ਜਦੋਂ ਮੈਂ ਇਹਦੀ ਉਮਰ 'ਚ ਸੀ ਨਾ, ਤਾਂ ਪੂੰ ਪਾ ਕਰਕੇ ਸਾਰੀ ਦੁਪਹਿਰ ਡੱਕੇ ਵਾਲੀ ਕੁਲਫੀਆਂ ਵੇਚਿਆ ਕਰਦਾ ਸੀ। ਡੱਕਾ ਨਹੀਂ ਤੋੜਦਾ ਇਹ। ਕਿਸੇ ਦਿਨ ਮੈਨੂੰ ਗੁੱਸਾ ਆ ਗਿਆ ਨਾ, ਤਾਂ ਦੋਨਾਂ ਮਾਮਾ ਪੁੱਤਾਂ ਨੂੰ ਸੜਕ 'ਤੇ ਲੰਮੇ ਪਾ ਕੇ ਕੁੱਟੂ। ਵਾਇਲੈਂਸ ਹੈ। ਨੋ ਡਾਰਲਿੰਗ, ਨੋ, ਪਾਪਾ ਲਵਸ ਯੂ। ਪਖੰਡੀ, ਬੜੇ ਪੁੱਠੇ ਕਾਨੂੰਨ ਹੈ ਇੱਥੇ ਦੇ। ਜੇ ਜਵਾਕਾਂ ਦੀ ਖੜਕੈਂਤਰੀ ਨਾ ਕੀਤੀ ਤਾਂ ਪਿਓ ਪੜਨ ਦਾ ਕੀ ਫਾਇਦਾ? ਸੁਣਦੀ ਹੈ, ਵਿਆਹੀ ਹੈ ਕੁੜੀ? ਉਹ ਮੈਂ ਇੰਨੀ ਕਮਲੀ ਨਹੀਂ ਜਿੰਨਾ ਤੁਸੀਂ ਸਮਝ ਰੱਖਿਆ। ਨਕਲੀ ਵਿਆਹ ਕਰਾ ਕੇ ਆਈ ਆ ਉਹ। ਮੈਨੂੰ ਪੁੱਤ ਨੇ ਸਾਰਾ ਕੁਝ ਦੱਸਤਾ ਨਾ। ਮੇਰੀ ਇੱਕ ਗੱਲ ਸੁਣ, ਜੇ ਉਹ ਕਿਸੇ ਮੇਮ ਨੂੰ ਫੜ ਲਿਆ ਫਿਰ ਕੀ ਕਰੇਗਾ? ਘੱਟੋ ਘੱਟ ਕੁੜੀ ਤਾਂ ਪੰਜਾਬੀ ਆ। ਓ ਯਾਰ। ਹਾਂਜੀ ਡੈਡ। ਮੈਂ ਤੇਰਾ ਪਿਓ ਹਾਂ, ਮੈਨੂੰ ਪਤਾ ਨਹੀਂ ਤੇਰੇ ਬਰਥਡੇ ਬਾਰੇ। ਚੁੱਪ ਰਹੋ ਡੈਡ, ਸਮਝੀਦਾ ਹੁੰਦਾ। ਕੀ ਸਮਝਾ, ਤੇਰੀ ਮਾਂ ਦਾ ਸਿਰ। ਓ ਯਾਰ ਛੱਡੋ, ਮੈਂ ਇੱਕ ਵਾਰ ਨਹੀਂ ਮਨਾਉਂਦਾ, ਇਹ ਦੋ ਦੋ ਵਾਰ ਮਨਾਉਣ ਨੂੰ ਫਿਰਦਾ ਬਰਥਡੇ। ਕਮਾਲ ਹੈ। ਸਰਗੀ, ਤੂੰ ਕਦੇ ਕੋਈ ਇਹੋ ਜਿਹਾ ਪਿਓ ਦੇਖਿਆ ਜੀ ਤੂੰ ਆਪਣੀ ਔਲਾਦ ਦੀ ਖੁਸ਼ੀ ਨਾ ਬਰਦਾਸ਼ਤ ਹੁੰਦੀ ਹੋਵੇ? ਪਾਗਲ। ਇੰਨੀ ਛੇਤੀ ਮੁੜਾ ਅੰਕਲ ਜੀ? ਕੰਮ ਜੀ, ਤੁਸੀਂ ਤਰਖਾਣ ਦਿੰਦੇ ਹੋ ਜੀ, ਉਹਦਾ ਮੁੱਲ ਤਾਂ ਮੋੜਨਾ ਹੀ ਆ ਨਾ ਜੀ। ਬਾਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ, ਕਿਵੇਂ ਲੋਕਾਂ ਦੇ ਹਰਾਮ ਦੀ ਰੋਟੀ ਹਜਮ ਆਈ ਜਾਂਦੀ ਆ। ਹਾਏ ਮੇਰੇ ਰੱਬਾ, ਇਹ ਤੋਂ ਚੰਗਾ ਤਾਂ ਮੇਰੇ ਕੁੜੀ ਜੰਮ ਪੈਣ, ਤੇਰੇ ਵਰਗੇ ਮੁੰਡੇ ਨੂੰ ਵਿਆਹ ਕੇ ਜਵਾਈ ਤਾਂ ਮਨ ਪਸੰਦ ਦਾ ਬਣਾ ਲੈਂਦਾ। ਦੇਖ ਲੈ, ਹੁਣ ਕੁੜੀ ਦੇ ਚੱਕਰ 'ਚ ਆਪਣਾ ਨਕਲੀ ਬਰਥਡੇ ਮਨਾਉਣ ਲੱਗਾ। ਪੈਸੇ ਜਿਵੇਂ ਦਰਖਤਾਂ ਨੂੰ ਲੱਗਦੇ ਆ। ਸਾਹ ਲੈ ਲੈ ਕਰ। ਕੀ ਰੱਖਿਆ ਜੀ ਬਰਥਡੇ ਬੂਡੇ 'ਚ? ਪੈਸੇ ਤਾਂ ਸੇਵ ਕਰਨੇ ਚਾਹੀਦੇ ਨੇ ਜੀ। ਕਮਾਲ ਹੈ ਤੇਰੀ ਸੋਚ ਦੇ। ਰਵੀਨੀਏ, ਪਾਰਸਲ ਲਿਆਈ ਭੱਜ ਕੇ? ਲਿਆ
ਆ ਪਾਰਸਲ ਫੜਾ ਆਇਆ ਪੁੱਤ। ਅੰਕਲ ਤੁਸੀਂ ਕਿਸੇ ਹੋਰ ਨੂੰ ਭੇਜ ਦਿੰਦੇ ਜੀ, ਮੈਂ ਰਸੋਈ 'ਚ ਕੰਮ ਕਰ ਲੈਂਦਾ ਜੀ। ਰਸੋਈ 'ਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪੁੱਤ, ਤੂੰ ਆਰਾਮ ਨਾਲ ਜਾ, ਨਾਲੇ ਆਉਂਦਾ ਹੋਇਆ ਸਟੋਰ ਤੋਂ ਸਬਜ਼ੀ ਫੜ ਲਿਆ, ਆ ਕੁੜੀ ਨੂੰ ਨਾਲ ਲੈ ਜਾ, ਗੱਲਾਂ ਮਾਰਨ ਨੂੰ ਇਹ ਚੰਗੀ ਹੈ। ਰੇਡੀਓ ਬੋਲਦਾ ਹੁੰਦਾ ਰੁਕ ਰੁਕ ਕੇ, ਮੈਨੂੰ ਤਾਂ ਇੰਝ ਲੱਗਦਾ ਵੀ ਮੈਂ ਕੋਈ ਵਿਆਹ ਨਹੀਂ ਕਰਾਂਦਾ, ਮੇਰਾ ਇੰਪੋਰਟ ਐਕਸਪੋਰਟ ਦਾ ਕੰਮ ਚੱਲਦਾ, ਉਧਰ ਤੇ ਕੁੜੀਆਂ ਲਿਆਂਦਾ ਇਧਰ ਤੇ ਸਾਂਭ ਲੈਂਦੇ। ਅਗਲੇ ਚੱਲ ਚ ਰੱਬ ਕਰੇ ਤੂੰ ਮੇਰਾ ਮੁੰਡਾ ਹੋਵੇ, ਫਿਰ ਤੈਨੂੰ ਦੱਸਾਂ ਦਰਦ ਕੀ ਹੁੰਦਾ। ਤੇਰੀ ਲੈ ਗੱਲ ਤੇ ਥਪੜਾ, ਦੇ ਗੱਲ ਤੇ ਥਪੜਾ, ਤੇਰੀਆਂ ਗੱਲਾਂ ਨਾਲ ਨਾ ਕਰਦਾ ਮੈਂ। ਤੂੰ ਕੀ ਰੋਣਾ, ਮੈਂ ਤੇਤੋਂ ਵੱਧ ਰੋਣਾ। ਉਹ ਕੁੜੀ ਚੰਗੀ ਸੀ, ਇਹ ਤਾਂ ਉਹੀ ਚੱਕਵੀਂ ਚ ਲੱਗਦੀ ਹੈ, ਚੱਕਵੀਂ ਸੈਲਫੀ। ਮੇਰਾ ਤਾਂ ਮਰਨ ਹੋਇਆ ਪਿਆ ਹੈ, ਦੋਵੇਂ ਇੱਕੋ ਜਿਹੇ ਰਲ ਗਏ, ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਚੜੇ। $300-400 ਦੇ ਤਾਂ ਸ਼ੇਕ ਸ਼ੂਕ ਜੇ ਛੱਕ ਜਾਂਦੇ ਆ ਅੱਠ ਤੂੰ। ਦੱਸ ਮੈਂ ਕਿਹੜੇ ਪਾਸੇ ਜਾਵਾਂ। ਅੱਛਾ ਹੈ, ਦੱਸ ਤੈਨੂੰ ਕਿਸੇ ਖੂਹ ਦਾ ਪਤਾ? ਕਿਉਂ, ਇੱਥੇ ਆਪਾਂ ਲਹਿਰੇ ਗਾ ਕੇ ਫਿਰਦੇ ਆ, ਕਿਹੜੇ ਮੁਲਕ 'ਚ ਫਿਰਦੇ ਆ? ਹਾਂ ਸਮੁੰਦਰ ਹੈਗਾ। ਚੱਲ ਦੋਵੇਂ ਚੱਲ ਕੇ ਛਾਲ ਮਾਰੀਏ। ਤੈਨੂੰ ਕੀ ਲੈਣਾ ਇਸ ਦੁਨੀਆ ਤੋਂ ਆਪਾਂ ਨੇ? ਉਹਦਾ ਹੱਥ ਜੋੜ।